चले गए सब ते सब, कोई भी बाकी नहीं बचिया। इस तो बाद ये समुंदर मेरे को होर की खोलेगा और मैनू कि तो कोई आवाज नहीं आएगी, फिर लाभ करन दी यार जो ही करन दी। जदो तेज हवा चलन गया समुंदर में जोरदार भयानक लहरा उठन गया, पश्चिम पूरा दक्षिण सब पासे एक दूजे विच टकराउन गया, भयानक तूफान उठेगा क्या मत आएगी। ऐसी भयानक रात विच मैनू कोई बुलावा नहीं आएगा, समुंदर दिया लहरा और किसी भी दिशा में चाल किन्ने भी तेजी ना लगे बदल मैनू कोई परवाह, क्योंकि जदों समुंदर का रुख होर भी भयानक हो जाएगा ते दूजिया औरतां होर जोर दी विरलाप कर रही होणगियां, तां मैनू शुद्ध पानी होली वाटर लैंड वास्ते किते नहीं जाना पड़ेगा। आले बीच घुटक पानी बचिया पे ले मैनू दे दे नूरा ले। अपनी लड़की नोरा नू कह रही है, मारिया दे सारे लड़के समुद्र विच डुबके मर गए, कोई भी बाकी नहीं बचे। जवानी विच बहुत साले ड्रामा किया बुढ़ी मारिया दा नू, अज अचानक जदों ये सत्रा पढ़िया इस तरह लिखिया लाइना दे मतलब होर भी आज इस तरह लग्या कि मारिया दा ये संताप उसका खालीपन कबूल ना हो इसका कबूल ना मेरी जिंदगी दे 94 साल का लेखा जोखा उसका सामना कर रही है। किसी भी इंसान की जिंदगी का सब तो वह सफल खुशनुमा उन्ना सफल खुशनुमा नहीं होता जिन्ना के मन लिया जाता है। मौर्या वाण पुत्रां दी प्राप्ति नूं सफलता दा पैमाना विच लिया जदों के सच्चाई कुछ होर हुंदी। इसे लई नर्वस हो रही हां, शायद एक लंबी ते मुश्किल इंटरव्यू लई अपने आप नूं तैयार कर रही। मेरी प्राप्ति की मैं आयरलैंडी में मां या आयरलैंडी पंजाब दादी नानी बेबे नक्कर दादी पंजाबी दे नामे दी इस तरह के सवालों के जवाब देने ले इंटरव्यू देना मैनू बिल्कुल पसंद है। अपने किसी कामों को वड्डे वड्डे लफ्ज़ों के विच बयान करना ते लफ्ज़ों के गोबंध के विच उन्हें इस तरह मूर्ते वांगू दफन कर देना कि मुड़ के सिर बाहर कढ़न की हिम्मत ही ना कर सके। पर अज मैं हिम्मत कर रही
ਸਵਾਲਾਂ ਦੇ ਰੂਬਰੂ ਹੋਣ ਲਈ ਤਾਂ ਕਿ ਮੇਰੀ ਜ਼ਿੰਦਗੀ ਦੇ ਨਾ ਆਖਰੀ ਸਾਲਾਂ ਦੇ ਕੁਝ ਐਸੀਆਂ ਘਟਨਾਵਾਂ ਮੇਰੇ ਨਾਲ ਹੀ ਦਫ਼ਨ ਨਾ ਹੋ ਜਾਣ ਜਿਹੜੀਆਂ ਸਾਂਝੀਆਂ ਕਰਨੀਆਂ ਜ਼ਰੂਰੀ ਮੇਰੇ ਇਸ ਲੰਬੇ ਸਫ਼ਰ ਦੀ ਦਾਸਤਾਨ ਮੇਰੇ ਆਪਣੇ ਸੰਦਰਭਾਂ ਵਿੱਚ ਮੇਰੇ ਚੰਗੇ ਜਾਂ ਮਾੜੇ ਕੰਮਾਂ ਦਾ ਲੇਖਾ ਜੋਖਾ ਸਿਰਫ ਤੁਹਾਡੇ ਹੀ ਨਹੀਂ ਮੇਰੇ ਰੂਬਰੂ ਹੋਣਾ ਵੀ ਜ਼ਰੂਰੀ ਹੈ। ਮੇਰੀ ਜ਼ਿੰਦਗੀ ਦੇ 94 ਸਾਲ ਪੂਰੀ ਇੱਕ ਸਦੀ ਦੀ ਤਸਵੀਰ ਦਾ ਲੇਖਾ ਜੋਖਾ ਮੇਰਾ ਹੈਲਪਰ ਬਾਹਰ ਪਾਣੀ ਦੇ ਇੱਕ ਪਾਸੇ ਬਗੀਚੇ ਦੇ ਕੋਲ ਬੜੇ ਆਪਣੇ ਘਰ ਦੇ ਵਿੱਚ ਰਹਿੰਦਾ। ਮੈਂ ਇਸ ਉਮਰ ਵਿੱਚ ਬਾਹਰ ਨਿਕਲ ਕੇ ਇਹਨੂੰ ਆਵਾਜ਼ ਨਹੀਂ ਮਾਰ ਸਕਦੀ ਨਾ, ਇਸ ਲਈ ਇਹ ਵਿਸਲ ਕੋਲ ਰੱਖਦੀ। ਇਹਦੀ ਆਵਾਜ਼ ਸੁਣ ਕੇ ਅੰਦਰ ਆ ਜਾਂਦਾ ਅਤੇ ਮੇਰਾ ਸਾਰਾ ਅੰਦਰੇਟਾ ਦੀ ਖੂਬਸੂਰਤ ਵਾਦੀ ਵਿੱਚ ਮਾਲੀ ਸ਼ੰਭੂ ਮੇਰੇ ਸਾਥੀ ਸਾਲੀ ਕੁਰਸੀ ਚੱਤੇ ਖੇਡ ਬਗੀਚੀ ਦਾ ਫੁੱਲ ਮੈਨੂੰ ਬੇਹੱਦ ਪਸੰਦ। ਗੁਲਾਬੀ ਦੀ ਚਾਨਣੀ ਪਾ ਮਾਰਦੇ ਚਿੱਟੇ ਰੰਗ ਦੀ ਆਈ ਆਲਵੇਜ ਸੈਲੀਬ੍ਰੇਟ ਯੂ ਬਲੂਬੇਰੀ। ਸਾਲੇ ਬਾਹਰ ਬਲਵੰਤ ਸਾਹਿਬ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਅੰਦਰ ਭੇਜ ਦੇ। ਬਲਵੰਤ ਕਰ ਗਈ ਅੰਦਰ ਭੇਜ ਦੇ ਤੇ 2 ਕੱਪ ਗਰਮ ਕੌਫੀ ਲੱਗਿਆ ਚੱਲ। ਹਰ ਚੀਜ਼ ਠੀਕ ਠਾਕ ਹੈ, ਕੇਵਲ ਇੱਕੋ ਹੀ ਆਦਮੀ ਦੇ ਅੰਦਰ ਆਉਣਾ ਹੈ, ਇਸ ਲਈ ਇੱਕੋ ਕੁਰਸੀ ਰਖਵਾਈ ਹੈ ਫਾਲਤੂ ਇੱਕ ਵਜੇ। ਹੁਣ ਤੂੰ 2 ਘੰਟੇ ਆਰਾਮ ਕਰ, 2 ਘੰਟੇ ਸਾਨੂੰ ਕੋਈ ਡਿਸਟਰਬ ਨਹੀਂ ਕਰੇ। ਤਿਆਰ ਹੈ ਆਪਣੇ ਸਵਾਲ ਇਸ ਕਾਗਜ਼ ਤੇ ਲਿਖੀ ਹੈ, ਜਿਹੜੇ ਸਵਾਲ ਮੈਂ ਪੁੱਛਾਂਗੀ ਉਹਨਾਂ ਦੇ ਜਵਾਬ ਵੀ ਮੈਨੂੰ ਉੱਚਾ ਚੁਣਦਾ, ਇਸ ਲਈ ਤੇਰੀ ਗੱਲ ਵੀ ਨਹੀਂ ਸੁਣ ਸਕਾਂਗੀ। 1959 ਦੀ ਗੱਲ, ਇੱਕ ਵਾਰੀ ਮਹਾਰਾਣੀ ਕਸ਼ਮੀਰ ਅਚਾਨਕ ਅੰਦਰੇਟਾ ਦੇ ਵਿੱਚ ਇੱਥੇ ਆ, ਮੈਂ ਬਾਹਰ ਬਗੀਚੇ ਦੇ ਵਿੱਚ ਖੁਰਪਾ ਲੈ ਕੇ ਪੌਦਿਆਂ ਦੀ ਗੋਡੀ ਕਰ ਰਹੀ ਸੀ। ਕੰਮ ਖਤਮ ਕਰਕੇ ਮੈਂ ਬਿਸ਼ੰਬਰ ਦੇ ਨਾਲ ਬਾਹਰ ਨਿਕਲੀ। ਬਿਸ਼ੰਬਰ ਕਾਰਪੈਂਟਰ ਮੇਰੀ ਬੜੀ ਮਦਦ ਕੀਤੀ,
ਉਹਦੇ ਵਾਸਤੇ ਜ਼ਮੀਨ ਵੇਖਣ ਲਈ ਪਾੜੀ ਤੇ ਉਸ ਪਾਸੇ ਜ਼ਮੀਨ ਵੇਖਣ ਲਈ ਮੈਂ ਬਾਹਰ ਨਿਕਲੀ ਸਾਹਮਣੇ ਹੀ ਮਹਾਰਾਣੀ ਨਾਲ ਮੁਲਾਕਾਤ ਸ਼ੀ ਵਾਜ਼ ਦੇਰੀ ਨਾ ਮੈਨੂੰ ਉਹਦੀ ਕੋਈ ਗੱਲ ਸੁਣਾਈ ਨਹੀਂ ਸੀ ਦੇ ਰਹੀ ਉਸਨੇ ਤੁਰੰਤ ਹੀ ਕੰਨਾਂ ਦੀ ਮਸ਼ੀਨ ਲੈ ਕੇ ਦੇਣ ਵਾਸਤੇ ਨਾਲ ਚੱਲਣ ਲੱਗਿਆ ਮੈਂ ਬੜੀ ਹਲੀਮੀ ਨਾਲ ਜਵਾਬ ਦਿੱਤਾ ਕੰਨਾਂ ਦੀ ਮਸ਼ੀਨ ਤੋਂ ਵੱਧ ਲੋੜ ਮੈਨੂੰ ਲੰਬੇ ਤੇ ਗਰਮ ਗਾਉਣ ਦੀ ਹੈ ਤੇ ਬਿਸਤਰੇ ਵਿੱਚ ਪੈਰ ਨਿੱਕੇ ਰੱਖਣ ਲਈ ਗਰਮ ਜਰਾਬਾਂ ਦੇ ਸੂਟ ਅਸਲ ਵਿੱਚ ਮੈਨੂੰ ਕਿਸੇ ਕੋਲੋਂ ਕੁਝ ਲੈਣਾ ਪੈਂਦਾ ਇਨਸਾਨ ਮਰਨ ਦੇ ਪਿੱਛੋਂ ਵੀ ਜੀਵਨ ਮਨ ਕਿੱਥੇ ਸਰੀਰ ਤੇ ਕਿਹੜੇ ਹਿੱਸੇ ਨਿਰਾਕਾਰ ਨਿਰਾਕਾਰ ਤੇ ਮਰ ਕਿਵੇਂ ਸਕਦੇ ਨਾਲ ਗੱਲਾਂ ਕਰਨ ਦਾ ਮਕਸਦ ਇਹ ਹੈ ਕਿ ਖੁੱਲ ਕੇ ਦਿਲ ਦੀਆਂ ਗੱਲਾਂ ਕਰ ਕੰਮ ਦੀਆਂ ਜ਼ਿੰਦਗੀ ਦੀਆਂ ਤੇ ਆਪਣੇ ਇਸ ਲੰਬੇ ਸਫ਼ਰ ਦੀਆਂ ਫਿਰ ਆਪਣੇ ਘਰ ਪਤਾ ਲੋਕੀ ਮੇਰੇ ਮੂੰਹ ਤੇ ਮੈਨੂੰ ਕਹਿੰਦੇ ਨੇ ਮੈਂ ਮਹਾਨ ਲੈਜੈਂਡਰੀ ਲੋਕ ਜਿਨ੍ਹਾਂ ਦੀਆਂ ਸਦੀਆਂ ਤੱਕ ਲੋਕੀ ਯਾਦ ਰੱਖ ਤੇ ਹੋਰ ਕਈ ਵਿਸ਼ੇਸ਼ਣ ਲਾ ਕੇ ਗੁਣਗਾਨ ਕਰਦੇ ਨੇ ਪੰਜਾਬੀ ਡਰਾਮਾ ਅੱਗੇ ਤੁਰੇਗਾ ਪੰਜਾਬ ਦਾ ਕਲਚਰ ਅੱਗੇ ਵਧੇਗਾ ਪਤਾ ਨਹੀਂ ਕੀ ਕਹਿ ਕੇ ਅਸਮਾਨ ਤੇ ਬਿਠਾ ਦਿੰਦੇ
जगह से बाहर निकलने में सब खत्म हो जाता है। बाहर निकल के गेंदे में पाकी लिपटी भैया, फिर निमेश की चीज समझ के मेरी शकल तो पहला आदमी है जरा 6 महीने तो लगातार आ रहा है फिर भी अके आया तो क्या नहीं। चलो उम्मीद जाग पई तेरे सारे सवाल दे जवाब दिया मेरी जिंदगी दे विच कुछ भी सिलसिले वार ढंग नाल नहीं। जिस तरह जिंदगी चलती रही मैं जिंदगी दे नाल नाल चलती खिचे जामो किसी चीज का प्रभाव पै जाए तो तकरीबन समुची जिंदगी सोच का चेहरा मोहरा कर दे जवानी मेरी जवानी है थिएटर की शुरुआत दोए इकट्ठे आ गए पता है मतलब मैं लगता हूं सी डब लगता है बे थिएटर नोरा दे सुपने उडारी देन ले शुरू हो गया लिली क्रैक चार्ज फोर विलियम द फैक्ट भी जीत सिंज इना सब ने जिने जाने की थे उना सारे अंदर बीच में काम करता किसे ना किसे भी सिंगर या एक्टर जदा मैंनू लेडी ग्रेगरी ने अपने किसे तिखे व्यंग वाले डायलॉग में हादसे के चटे दिल नाच से बोल रही है क्या तो मैं खूब पुठिया से दिया हरकता करके लोगों को हजार की कोशिश कर स्टेज उत्ते या स्टेज के थले मैं दीन दुनिया भूल जाती आज के रिमेम्बर एक बार सिंच The shadow of the grand ship. The nautic the which is grand woman of Sanya Ji. And an island, eh? It went so good. But the way it's up to a kid. Kalkar jaake, loka kolo, ona de karada suman mangi. Koi khush hoke de de de. Koi
ਗਾਲਾਂ ਕਰਦਾ ਕੋਈ ਬੂਆ ਹੀ ਨਾ ਖੋਲਦਾ ਮੇਰਾ ਜੋਸ਼ ਮਿਟਾ ਨਹੀਂ ਤਾਂ ਲਕੀਰ ਥੀਏਟਰ ਦਾ ਹਰ ਮੋਮੈਂਟ ਇੰਜੋਏ ਕਰਦੀ ਸਾਂ ਜੀਤ ਡਰਾਮਾ ਮਨੁੱਖ ਦੀਆਂ ਦੱਬੀਆਂ ਕੁੱਟੀਆਂ ਇੱਛਾਵਾਂ ਬਾਰੇ ਤੇ ਉਮਰ ਦੀਆਂ ਬੰਦਿਸ਼ਾਂ ਬਾਰੇ ਸੀ ਜਦੋਂ ਇਹਦਾ ਸ਼ੁਰੂ ਹੋਇਆ ਰਿਹਰਸਲਾਂ ਦੇ ਦੌਰਾਨ ਮੈਨੂੰ ਲੱਗਦਾ ਸੀ ਇਹ ਪਾਤਰ ਨਹੀਂ ਇਹ ਪਾਤਰ ਮੇਰੀ ਜ਼ਿੰਦਗੀ ਜੀ ਰਹੇ ਉਦੋਂ ਪਹਿਲੀ ਵਾਰੀ ਮੈਨੂੰ ਮਹਿਸੂਸ ਹੋਇਆ ਕਿ ਨਾਟਕ ਦੇ ਵਿੱਚ ਕਿੰਨੀ ਪਾਵਰ ਹੁੰਦੀ ਹੈ ਕਿਸੇ ਨੂੰ ਕੁਝ ਵੀ ਕਹਿਣਾ ਹੋਵੇ ਡਰਾਮਾ ਸਭ ਤੋਂ ਵਧੀਆ ਹੁੰਦੀ ਇਸ ਗੱਲ ਦਾ ਮੈਨੂੰ ਤਾਂ ਹੋਰ ਵੀ ਪੱਕਾ ਯਕੀਨ ਹੋ ਗਿਆ ਜਦੋਂ ਕੁਝ ਸਾਲਾਂ ਬਾਅਦ ਹੀਟ ਦਾ ਡਰਾਮਾ ਕੈਥਲੀਨ ਹੁਲੀਹਾਨ ਅਸੀਂ ਕਲੇਅਰਡਨ ਸਟ੍ਰੀਟ ਵਿੱਚ ਖੇਡੇ 1798 ਦੀ ਰੈਵੋਲੂਸ਼ਨ ਵਾਲੀ ਸੀ ਐਂਡ ਆਈ ਪਲੇਡ ਕੈਥਲੀਨ ਕੈਥਲੀਨ ਇੱਕ ਇੰਡੀਪੈਂਡੈਂਟ ਆਇਰਿਸ਼ ਅਸਟੇਟ ਦਾ ਪ੍ਰਤੀਕ ਉਸ ਤੋਂ ਕੋਈ ਚਾਰ ਵੱਡੇ ਵੱਡੇ ਖੇਤ ਹੁੰਦੇ ਨੇ ਉਹ ਚਾਰ ਖੇਤ ਆਇਰਲੈਂਡ ਦੇ ਚਾਰ ਹਿੱਸਿਆਂ ਦਾ ਪ੍ਰਤੀਕ ਹੈ ਉਸ ਦੇ ਕੋਲ ਉਹ ਚਾਰ ਖੇਤ ਖੋਲੇ ਜਾਂਦੇ ਨੇ ਤੇ ਉਹ ਬਲੱਡ ਸੈਕਰੀਫਾਈਸ ਯਾਨੀ ਕਿ ਖੂਨ ਦੇ ਬਲੀਦਾਨ ਦਾ ਐਲਾਨ ਕਰਦੇ ਆਪਣੇ ਪੁੱਤਰ ਦੇ ਵਿਆਹ ਦੇ ਸ਼ੋਰ ਸ਼ਰਾਬੇ ਦੇ ਦੌਰਾਨ ਉਹ ਅਚਾਨਕ ਦਰਵਾਜ਼ੇ ਦੇ ਵਿੱਚ ਆ ਕੇ ਖੜੀ ਹੋ ਜਾਂਦੀ ਹੈ ਤੇ ਉੱਚੀ ਬੁਲੰਦ ਆਵਾਜ਼ ਵਿੱਚ ਬੋਲਦੀ ਹਾਂ ਹਾਂ ਖੂਬ ਹੱਸੋ ਖੇਡੋ ਖੁਸ਼ੀਆਂ ਮਨਾਓ ਵਿਆਹ ਦੇ ਵਾਜੇ ਗਾਜੇ ਵਜਾਓ ਇੱਥੇ ਰੋਜ਼ ਤੁਹਾਡੇ ਵਰਗੇ ਮੁੰਡਿਆਂ ਦੇ ਵਿਆਹ ਹੋਣਗੇ ਉਹਨਾਂ ਦੇ ਬੱਚੇ ਜੰਮਣਗੇ ਉਹਨਾਂ ਦੀਆਂ ਨਸਲਾਂ ਅੱਗੇ ਵਧਣਗੀਆਂ ਪਰ ਉਹਨਾਂ ਦੇ ਬਾਪ ਜ਼ਿੰਦਾ ਨਹੀਂ ਰਹਿਣਗੇ ਉਹਨਾਂ ਨੂੰ ਕੁਰਤੀ ਦੇਣ ਵਾਲਾ ਕੋਈ ਨਹੀਂ ਹੋਏਗਾ ਉਹਨਾਂ ਦੇ ਨਾਂ ਰੱਖਣ ਵਾਲਾ ਕੋਈ ਨਹੀਂ ਹੋਏਗਾ ਬੱਚਿਆਂ ਦੇ ਬਾਪ ਭਾਵੇਂ ਨਹੀਂ ਬਚਣਗੇ ਪਰ ਉਹਨਾਂ ਦੀ ਯਾਦ ਜ਼ਿੰਦਾ ਰਹੇਗੀ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਤੇ ਇਸ ਇਨਕਲਾਬ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਰਹਿਣਗੇ ਕਲਾਕਾਰ ਦੀ ਸੋਚ ਤਿੱਖੀ ਡੂੰਗੀ ਤੇ ਲੋਕਾਂ ਤੱਕ ਉਸਦੀ ਪਹੁੰਚ ਸਿੱਧੀ ਤੇ ਸਾਦੀ ਹੋਣੀ ਚਾਹੀਦੀ ਥੀਏਟਰ
ਪਹਿਲੇ ਕੁਆਂ ਉਦੋਂ ਆਇਆ ਜਦੋਂ ਇੱਕ ਐਸੇ ਸ਼ਖਸ ਨਾਲ ਮੁਲਾਕਾਤ ਹੋਈ ਜਿਸਨੇ ਮੇਰੀ ਜ਼ਿੰਦਗੀ ਦੀ ਸੋਚ ਬਦਲ ਕੇ ਰੱਖ ਦਿੱਤੀ। ਨਵਾਂ ਸ਼ਖਸ ਕੌਣ? ਪੀਟਨ ਪਾਈਨ ਮੇਰੇ ਨਾਲ ਨਾਟਕਾਂ ਦੇ ਵਿੱਚ ਕੰਮ ਕਰਦਾ ਸੀ। ਅਸੀਂ ਦੋਵਾਂ ਨੇ ਬਹੁਤ ਸਾਰੇ ਡਰਾਮੇ ਕੀਤੇ। I was very impressed with him. ਉਹ ਬਹੁਤ ਵਧੀਆ ਗੱਲਾਂ ਕਰਦਾ ਸੀ, ਗਰੀਬੀ ਦੀਆਂ, ਨਿਆਂ ਦੀਆਂ, ਸਮਾਜਿਕ ਬਰਾਬਰੀ ਦੀਆਂ। ਉਸਨੇ ਮੈਨੂੰ ਪਹਿਲੀ ਵਾਰੀ ਅਹਿਸਾਸ ਕਰਵਾਇਆ ਕਿ ਮੇਰੀ ਸੋਚ ਕਿੰਨੀ ਊਣੀ ਤੇ ਸੱਖਣੀ ਹੈ, ਸੀਮਿਤ। ਉਸਨੇ ਮੈਨੂੰ ਟਾਲਸਟਾਏ ਦੀਆਂ ਕਿਤਾਬਾਂ ਪੜ੍ਹਨ ਨੂੰ ਟਾਲਸਟਾਏ ਨੂੰ ਪੜ੍ਹ ਕੇ ਇੱਕ ਨਵੀਂ ਦੁਨੀਆ ਮੇਰੇ ਸਾਹਮਣੇ ਆ ਗਈ। ਵੱਡੀਆਂ ਵੱਡੀਆਂ ਥਿਉਰੀਆਂ ਦੇ ਥੱਲੇ ਜਿਹੜੀਆਂ ਬੁਨਿਆਦੀ ਗੱਲਾਂ ਲੁਕੀਆਂ ਹੁੰਦੀਆਂ ਜਿਹਨਾਂ ਨੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ। ਪੋਲੀਟੀਕਲ ਫਿਲਾਸਫੀ ਨਹੀਂ, ਕਮਿਊਨਿਜ਼ਮ ਜਾਂ ਕੈਪੀਟਲਿਜ਼ਮ ਨਹੀਂ, ਸਿੰਪਲ ਕਿ ਗਰੀਬੀ ਉਹ ਨਹੀਂ ਹੁੰਦੀ ਜਿਹੜੀ ਸਾਨੂੰ ਦਿਖਾਈ ਦਿੰਦੀ ਹੈ, ਅਮੀਰੀ ਉਹ ਨਹੀਂ ਹੁੰਦੀ ਜੋ ਚੀਜ਼ਾਂ ਵਿੱਚ ਹੁੰਦੀ ਹੈ। ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸਭ ਤੋਂ ਗਰੀਬ ਹੋ ਸਕਦਾ ਹੈ, ਦੁਨੀਆ ਦਾ ਸਭ ਤੋਂ ਗਰੀਬ ਆਦਮੀ ਸਭ ਤੋਂ ਅਮੀਰ ਹੋ ਸਕਦਾ ਹੈ। ਕਿ ਅਮੀਰੀ ਅਤੇ ਗਰੀਬੀ ਦਾ ਅਸਲ ਦੇ ਵਿੱਚ ਮਤਲਬ ਕੀ ਹੈ? ਹਿੰਦੁਸਤਾਨ ਦੇ ਦੋ ਮਹਾਨਾਇਕਾਂ ਸਮਰਾਟ ਅਸ਼ੋਕ ਅਤੇ ਗੌਤਮ ਬੁੱਧ ਦੀ ਫਿਲਾਸਫੀ ਦੇ ਅਸਲ ਅਰਥ ਨੋਰਾ ਨੂੰ ਟਾਲਸਟਾਏ ਪੜ੍ਹਨ ਤੋਂ ਬਾਅਦ ਸਮਝ ਆਏ, ਅਸਲ ਸਾਦਗੀ, ਤਿਆਗ ਅਤੇ ਬਰਾਬਰੀ। ਟਾਲਸਟਾਏ ਦੀ ਇੱਕ ਨਿੱਕੀ ਜਿਹੀ ਕਹਾਣੀ ਹੈ ਫਾਦਰ ਸਰਜੀਅਲ, ਇੱਕ ਇਹੋ ਜਿਹੇ ਸ਼ਹਿਜ਼ਾਦੇ ਦੀ ਕਹਾਣੀ ਹੈ ਜਿਸਨੂੰ ਸ਼ਾਦੀ ਦੀ ਪਹਿਲੀ ਰਾਤ ਹੀ ਪਤਾ ਲੱਗਦਾ ਹੈ ਕਿ ਉਸਦੀ ਬੀਵੀ ਦੇ ਕਿਸੇ ਗੈਰ ਮਰਦੇ ਨਾਲ ਨਾਜਾਇਜ਼ ਸੰਬੰਧ ਨੇ। ਸੰਤਾਪ ਤੇ ਸ਼ਰਮਿੰਦਗੀ ਦੇ ਅਹਿਸਾਸ ਨਾਲ ਉਹ ਸ਼ਹਿਜ਼ਾਦਾ ਭਰ ਜਾਂਦਾ ਕਿ ਦੂਰ ਕਿਤੇ ਜੰਗਲਾਂ ਦੇ ਵਿੱਚ ਚਲਾ ਜਾਂਦਾ। ਉੱਥੇ ਵਿਧਵਾ ਔਰਤ ਉਸਦਾ ਪਿੱਛਾ ਕਰਦੀ ਹੈ, ਇਸ ਤਰ੍ਹਾਂ ਤੋਂ ਕਿ ਕਿਤੇ ਉਹ ਆਪਣੇ ਰਸਤੇ ਤੋਂ ਭਟਕ ਨਾ ਜਾਏ ਉਹ ਆਪਣਾ ਅੰਗੂਠਾ ਕਰ ਦਿੰਦਾ। ਵਿਧਵਾ ਔਰਤ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਤੇ ਉਹ ਬਾਅਦ ਵਿੱਚ ਨੰਗ ਬਣ ਜਾਂਦਾ। ਪਰ ਉਹ ਸ਼ਹਿਜ਼ਾਦਾ ਉਸ ਸ਼ਹਿਜ਼ਾਦੇ ਦਾ ਸੰਤਾਪ ਉਸ ਸ਼ਹਿਜ਼ਾਦੇ ਦੀ ਸ਼ਰਮਿੰਦਗੀ ਹੋਰ ਵੀ ਸਤਾ ਵੱਧ ਜਾਂਦੀ ਹੈ। ਉਸਦੀ ਬੇਚੈਨੀ ਕਿ ਉਸਦੀ ਭਟਕਣ ਉਸ ਸ਼ਹਿਜ਼ਾਦੇ ਨੂੰ ਜੀਤ ਗਈ। ਇਸ ਭਟਕਣ ਤੋਂ ਨਿਜਾਤ ਪ੍ਰਾਪਤ ਕਰਨ ਲਈ ਉਹ ਸ਼ਹਿਜ਼ਾਦਾ ਦੂਰ ਦੁਰਾਡੇ ਕਿਸੇ ਪਿੰਡ ਦੇ ਵਿੱਚ ਆਪਣੇ ਚਾਚੇ ਦੀ ਕੁੜੀ ਕੋਲ ਪਹੁੰਚਣ ਮਾਫੀ ਮੰਗਣ ਵਾਸਤੇ। ਦਰਅਸਲ ਬਹੁਤ ਸਾਲ ਪਹਿਲਾਂ ਇਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਕੁੜੀ ਦਾ ਬਲਾਤਕਾਰ ਕੀਤਾ। ਜਦੋਂ ਉੱਥੇ ਜਾਂਦਾ ਜਾ ਕੇ ਕੀ ਵੇਖਦਾ ਕਿ ਉਹ ਕੁੜੀ ਬੜੀ ਸਹਿਜਤਾ ਨਾਲ ਇੱਕ ਨੋਰਮਲ ਜ਼ਿੰਦਗੀ ਜੀ ਰਹੀ ਹੈ, ਤਨ ਮਨ ਤੋਂ ਆਪਣੇ ਪਰਿਵਾਰ ਦੀ ਸੇਵਾ ਕਰ ਰਹੀ ਹੈ। ਉਸਦੇ ਮਨ ਦੀ ਪੀੜ ਉਸਦੇ ਚਿਹਰੇ ਤੋਂ ਜਾਂ ਉਸਦੇ ਹਾਵ ਭਾਵਾਂ ਤੋਂ ਕਿਤੇ ਲੱਭਦੀ ਤੱਕ ਨਹੀਂ। ਟਾਲਸਟਾਏ ਦੀਆਂ ਸਾਰੀਆਂ ਕਿਤਾਬਾਂ ਵੀ ਪੜ੍ਹ ਸਕਦੀ
After Kingdom of Dreams, and after enough, war and peace. जिस तरह उसने रोज दे या सुनाया बोलिया ना दे वेज तेरा स्कूल पिंड दे बच्चा ने खोले उसे तरह मैं भी पिंड दे बच्चा नू पढ़ा दी जिम्मेवारी आप वुडलैंड विलेज इतने इंसान मैं अपनी जिंदगी दे सब तो खूबसूरत पल जी कन्ना ने नहीं सुनिया पर अखा ने तेरे बुल पढ़ ले ये मेरी जिंदगी सब तो खूबसूरत कटनो Ernest Richards. Oh, I'm so happy to meet you. I'm Nora. Nora Doyle. My friend who has a great idea. I shall reach the garden out to Bashura Karnasi. Pin the witch, English teacher arrange Karanga. When you put a look at to a dear subject, the mastery. Thank you so much, Mr. Pellet. Sorry, don't go on up yet. When you put on the मैं आप आ जाती तो उन्हें मिलन कि तुझे आ गए प्लीज हैव अ सीट थैंक यू दिस इज माय प्लेजर मिस टॉय आई वाज वेरी कीन टू मीट यू पिंड के लोग तुम्हारी बहुत तारीफ कर रहे हैं तुम्हारे काम की तारीफ कर रहे हैं मैं एक प्रोजेक्ट के सिलसिले में अक्सर इतने आंदा जाता रहना कभी रुकया नहीं बट इस बार रह नहीं सका जी यू आर यंग वुमन किसी चैरिटी ऑर्गेनाइजेशन नाल कुछ सीधा संबंध भी नहीं फिर भी इन्ना काम अपने आप अपने दम ते आओ पिंड के लोगों लिए स्कूल चला रहे हो पिंड की बेहतरी लिए इन्ना काम कर रहे हो हाउ इज इट पॉसिबल आई डोंट अंडरस्टैंड नो मिस्टर रिचर्ड्स आई एम नॉट डूइंग एनीथिंग जिंदगी दी असली पढ़ाई इतनी होती है मैं बहुत देर बाद पता लगी मैं तो बस पिंड वालों के नाल उन्हां दी जिंदगी जीने की कोशिश कर रही हूं उन्हां नूं अपनी जिंदगी का हिस्सा बनाना चाहनी हां ते आप उन्हां दी जिंदगी का हिस्सा बनना चाहते हो तुसी ऑलरेडी उन्हां दी जिंदगी दा हिस्सा बन चुके हो मिस टॉय जी अ वेरी वार्म वेलकम ऑन देयर बिहाफ फॉर बीइंग अ पार्ट ऑफ देयर लाइफ चाहता है कि इंसान का इंसान नाल एक पर्सनल रिश्ता होना चाहिए जाति ते गूढ़ा रिश्ता किसी एक इंसान नाल नहीं बल्कि हर इंसान दे नाल ताई तुसी अपने दुखां ते पापां तों छुटकारा हासिल कर सकते हो बट अच्छा
ਦਲਿਤ ਸਿਰਫ ਮੇਰੇ ਨਾਲ ਨਹੀਂ ਹਰ ਇਨਸਾਨ ਨਾਲ ਪਸਰੇ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਮੈਨੂੰ ਵੀ ਸ਼ਾਇਦ ਇਸੇ ਤਰ੍ਹਾਂ ਦੇ ਵਿਅਕਤੀ ਦੀ ਤਲਾਸ਼ ਅਸੀਂ ਤੁਹਾਨੂੰ ਰਲ ਕੇ ਕਿੰਨੇ ਸਾਰੇ ਲੋਕਾਂ ਨੂੰ ਪਿਆਰ ਕਰਦੇ ਹਾਂ 32 ਸਾਲ ਦੀ ਉਮਰ ਵਿੱਚ ਮੈਨੂੰ ਪਿਆਰ ਕਰਨ ਵਾਲਾ ਤੇ ਮੇਰੇ ਨਾਲ ਜ਼ਿੰਦਗੀ ਜੀਣ ਵਾਲਾ ਸਾਥ ਮਿਲ ਗਿਆ 3 ਸਾਲ ਬਾਅਦ 1960 ਵਿੱਚ ਅਸੀਂ ਸ਼ਾਦੀ ਦਾ ਫੈਸਲਾ ਕੀਤਾ That beautiful moment I cannot forget मूर्ति बन के एक नवी रोशनी एक नवे चानन का हिस्सा बनने जा रहे हैं बाकी लोग जो तो ब्याह करवाते ने तो अपने आने वाले कल का भी नहीं सोचते उन्होंने आज की मैं सोना हो सकता है इस वाले नहीं सोचते बट वी आर थिंकिंग डू यू नो व्हाई क्योंकि तेरी नजर कुछ बहुत बड़ा वेतन ही उतावली है तेरा मन ऊंची है उड़ारिया तेरे दिल की धड़कन में जबरदस्त उत्साह कि कदों वो कहीं आवे तो तू सब कुछ पा लवे वो सब कुछ कर लवे जिस लिए तू अपनी जिंदगी देखे लाई तेरी चाबासी तेरी दृढ़ता तेरा पक्का इरादा तेरी खूबसूरत सोच ते तेरा धड़कता होया दिल ओ नोरा सॉरी 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 माय डियर नोरा ओ नोरा ये सब बहुत खूबसूरत नियामत है नोरा बहुत खूबसूरत नियामत इस साथ की बदौलत मैं अपनी जिंदगी दे नवे हाथ लग सकांगा नोरा मैनू अपना प्रेमी बनने की इजाजत दे मैं तैनू सिर्फ प्यार नहीं करता तेरी बंदगी करता तेरा शदाई है सच नोरा अपनी दुनिया छड के मेरी दुनिया च आन ले Next Tuesday you are coming. ते फिर ऐसी मिलके बड़ी ते खूबसूरत दुनिया बनावांगे। उस दुनिया में साड़ा एक निकला जा कार होएगा। मिट्टी ते कुचियां वाला कार, साड़ा स्वर्ग। ते तू और भी नमियां ते ऊंचियां उड़ारियां पर सकेंगी। तेरे साहा दी तकन नर जिंदगी महक उठेगी नोरा। मैं तेरा अपना P.E.R. एक
पूरा प्यार किस तरह दिता जा सकता तेरी के पूरा प्यार देने तो बाद भी इतना प्यार बच जाता है कि तुसी झोलियां पर पर के बन सकती हो प्यार दा भी विरासत सकते हो प्यार की रोशनी में रह सकते हो प्यार दा नेक बन सकते हो मैं अध्यापन करके तो यूनिटेरियन क्रिश्चियन मूवमेंट दा लोकां विच प्रचार करते India. Philips, man, the India. Philips, बहुत बढ़िया अंग्रेजी पढ़ाता थी। ਜਿਸ ਤਰ੍ਹਾਂ ਉਹ ਸ਼ਬਦਾਂ ਦੇ ਅਰਥ ਸਮਝਾਉਂਦਾ ਸੀ ਤੇ ਅੰਗਰੇਜ਼ੀ ਦੇ ਲੇਖਾਂ ਤੇ ਬਿਰਤਾਂਤਾਂ ਦੀ ਵਿਆਖਿਆ ਕਰਦਾ ਸੀ ਹੀ ਵਾਜ ਅ ਪਰਫੈਕਟ ਟੀਚਰ ਬਹੁਤ ਸਾਰੀ ਕਾਨਫਰੰਸਾਂ ਤੇ ਸੈਮੀਨਾਰਾਂ 'ਚ ਉਸਨੂੰ ਬੁਲਾਇਆ ਜਾਂਦਾ ਸੀ ਅਲਿਸਾ ਗਿਆਰਾਂ ਦੀਆਂ ਗਰਮੀਆਂ ਦੀ ਇੱਕ ਸ਼ਾਮ ਪਹਿਲੇ ਕਾਲਜ ਤੋਂ ਬਾਅਦ ਘਰ ਆਇਆ ਤੇ ਡੂੰਘੀ ਸੋਚ ਵਿੱਚ मैं इन्नी डूंगी सोच तो देख रही थी प्रॉब्लम एक ऑफर आई है इंडिया तो इंग्लिश लिटरेचर पढ़ाऊं समझ वो तो कोई नवी रिफॉर्मिस्ट मूवमेंट चल रही है ब्रह्मो समाज अपने यूनिटेरियन मूवमेंट की तरह भी मॉडर्न लोग ने अगावा दो लोग इंसान नु इंसान नाल प्यार करना सिखाने वाले लोग इंडिया के पंजाब प्रांत विच लाहौर शहर के विच उन्होंने एक कॉलेज है दयाल सिंह कॉलेज उतों दा एक ट्रस्टी मैनू मिलिया सी वो कह लगा कि वो चाहते ने कि पंजाब के जट्टा के मुंडे अंग्रेजा की तरह अंग्रेजी बोल सकते ऐसे लिए ऑफर है आई डोंट बिलीव दिस तेरे सोच ते तेरे ख्याल दे मुताबिक तेनु कर मिल रहे जो तू करना चाहना है वो तेरा काम ही नहीं तेरा पैशन नहीं इतनी सिर्फ टीचिंग है वो ते टीचिंग दे नाल तेरे ख्याल नु आगे बढ़ाने वाली एजुकेशनल संस्था भी है ज्यादा नहीं सोच मैं भी तेरे नाल चलूं नो अपना सारा काम छोड़ के मेरे वास्ते नॉट फॉर यू फॉर बोथ ऑफ अस ਇਥੋਂ ਦੇ ਕੰਮ ਨੂੰ ਅੱਗੇ ਵਧਾਉਣ ਲਈ ਬਹੁਤ ਲੋਕੀ ਨਾਲ ਜੁੜ ਗਏ ਨੇ ਕੋਈ ਅਸੀਂ ਦੋਵੇਂ ਹੁਣ ਅੱਗੇ ਚੱਲਾਂਗੇ ਨਵੇਂ ਲੋਕਾਂ ਵਿੱਚ ਨਵੀਂ ਥਾਂ ਤੇ ਨਵੇਂ ਮਾਹੌਲ ਵਿੱਚ ਇਹ ਚੁਣੌਤੀ ਕੁਛ ਨਵਾਂ ਹੈ ਅੰਜਾਮ ਕੀ ਹੋਏਗਾ ਇਹ ਵਕਤ ਆਪੇ ਤੈਅ ਕਰੇਗਾ ਅਸੀਂ ਲਾਹੌਰ ਜਾ ਰਹੇ ਹਾਂ ਬਸ ਫਿਲਿਪਸ ਤੇ ਨੂਰਾ ਲਾਹੌਰ ਪਹੁੰਚ ਗਏ 1911 ਦੀ ਗਰਮੀਆਂ ਦੇ ਦੌਰਾਨ ਕਾਲਜ ਦੇ ਲਾਗੇ ਇੱਕ ਨਿੱਕਾ ਜਿਹਾ ਘਰ ਲੈ ਲਿਆ ਲੋੜ ਜੋਗੀਆਂ ਚੀਜ਼ਾਂ ਪਾਈਆਂ ਨਵੀਂ ਥਾਂ ਨਵੇਂ ਲੋਕਾਂ ਨੂੰ ਮਿਲਣ ਦਾ ਉਤਸ਼ਾਹ ਸੀ ਸੈਟਲ ਹੋਣ ਨੂੰ ਕੁਝ ਮਹੀਨੇ ਲੱਗੇ ਪਰ ਫਿਲਿਪਸ ਦਾ ਸੁਭਾਅ ਇੰਨਾ ਵਧੀਆ ਸੀ ਤੇ ਉਸਦਾ ਪੜ੍ਹਾਉਣ ਦਾ ਅੰਦਾਜ਼ ਇੰਨਾ ਵੱਖਰਾ ਸੀ ਕਿ ਦਿਨਾਂ ਵਿੱਚ ਵਿਦਿਆਰਥੀ ਉਸ ਤੇ ਫੈਨ ਬਣ ਗਏ ਕਾਲਜ ਤੋਂ ਬਾਅਦ ਘਰ ਵੀ ਆਉਣ ਲੱਗ ਪਏ ਘਰ ਦੇ ਵਿੱਚ ਲਿਟਰੇਚਰ ਤੇ ਬਹਿਸਾਂ ਹੁੰਦੀਆਂ ਖਾਸ ਕਰਕੇ ਪੋਇਟਰੀ ਤੇ ਡਰਾਮਾ ਬਾਰੇ ਸ਼ੇਕਸਪੀਅਰ ਦੇ ਡਰਾਮੇ ਉਹਨਾਂ ਦੇ ਕੋਰਸ ਵਿੱਚ ਸੀ ਜਦੋਂ ਪ੍ਰੋਫੈਸਰ ਰਿਚਰਡਸ ਉਹਨਾਂ ਨੂੰ ਸ਼ੇਕਸਪੀਅਰ ਦੇ ਡਰਾਮੇ ਸਮਝਾ ਰਿਹਾ ਹੁੰਦਾ ਤਾਂ ਨੂਰਾ ਸਕ੍ਰਿਪਟ ਵਿੱਚੋਂ ਕੱਢ ਕੇ ਡਾਇਲੌਗ ਪੜ੍ਹਨ ਲੱਗ ਪੈਂਦੀ ਉਸਦਾ ਡਾਇਲੌਗ ਪੜ੍ਹਨ ਦਾ ਅੰਦਾਜ਼ ਇਸ ਤਰ੍ਹਾਂ ਦਾ ਹੁੰਦਾ ਕਿ ਲਾਈਨਾਂ ਦੇ ਅਸਲ ਮਤਲਬ ਕਲੀਅਰ ਹੁੰਦੇ ਜਾਂਦੇ ਦ ਫਰਸਟ ਪਲੇਅਰ ਐਟ ਵਿਦ ਦਮ ਵਾਸ ਅਬੇਟ ਸਬਾ ਨਾਈਟਸ ਆਈ ਸਟਿਲ ਰਿਮੈਂਬਰ ਦੈਟ ਸੀ ਜਿਹਦੇ ਵਿੱਚ ਅਬਿਰਾਨ ਆਪਣੀ ਪਤਨੀ ਫੈਰੀ ਕੁਇਨ ਟਾਈਟੇਨੀਆ ਨੂੰ ਜਾਦੂਈ ਫੁੱਲ ਚੁਗਾ ਦਿੰਦਾ ਜੋ ਸੁੱਤੀ ਉੱਠ ਕੇ ਆਪਣੇ ਸਾਹਮਣੇ ਖੜੇ ਖੋਤੇ ਦੇ ਸਿਰ ਵਾਲੇ ਬਾਟਮ ਨੂੰ ਵੇਖ ਲਿਆ ਏ ਉਸ ਤੇ ਫਿਦਾ ਹੋ ਜਾਂਦੀ ਖੋਤੇ ਦੇ ਸਿਰ ਵਾਲਾ ਬਾਟਮ ਬੇਸੁਰਾ ਕੀ ਨਾਰਿਆ ਤੇ ਟਾਈਟੇਨੀਆ ਕਹਿ ਰਹੀ ਹੈ ਕਾ
लड़कियां नू नाटक पसंद आ गया ते लोरा नू उस ते अंदर दा मुद्दा बहुत ज्यादा पसंद है। प्यार विच बेचैनी पटकन अपने आप गुआ जांदा एहसास दुनिया दे चंगे भले समझदार लोकां दा प्यार विच पागल हो जांदा। जे एक पासे पागलपन है तो दूजे पासे प्यार दी खूबसूरती दा एहसास, एक पासे फिलिप्स दी मोहब्बत दा एहसास तो दूजे पासे विद्यार्थी नू होई गलबात। नतीजा ये निकलिया कि लोरा ने कॉलेज दे विद्यार्थियों नाल नाटक खेलने दा फैसला किया। It was a disaster. मैं नाटक अंग्रेजी विच करवाना, एक्ट्रा ने अंग्रेजी दा हो सत्यानाश मारिया, प्रोनंसिएशन डिक्शन उतो लड़कियां दे रोल भी लड़कियां ने ते नाटक दे रोमांस दी भी ऐसी की ऐसी फैसला कर दिया इना नाल हुण कोई नाटक कदे नहीं कर। उस तो बाद मैं कई महीने कोई ड्रामा नहीं किया, सिर्फ अपने बारे सोचती रही। फिलिप्स कॉलेज में पढ़ा रहा है, वो बिजी है, मैं उनकी करूँ? अजय मैं सोच ही रही था तो फिलिप्स से विद्यार्थी फिर ड्रामा करने वास्ते मैंने बनान नहीं करा लगे असि हम बहुत मेहनत करांगे डायलॉग बोलन का तरीका ठीक करांगे। पर मैं सोची पैदी मैंने लग्या शायद मैं ही गलत रह सोचा, मैं अपने बच्चों को लो उन्होंने माहौल उन्होंने रहनी बहनी उन्होंने सुभा दे बिल्कुल लौट उन्होंने गलों की उम्मीद कर रही सा जड़िया हासिल होना मुमकिन सा। आयरलैंड मैं अपनी जबान में थिएटर करती सा अपने मुल्क दिया लोड़ा दे मुताबिक ते माहौल दे मुताबिक। इस वक्त ये सोच दिया मैं महसूस किया कि आयरलैंड दे बीच उस वेले जोरदार तरीके नाल लहर चल रही सी होम रूल ते हिंदुस्तान विच भी बिपिन चंद्र पाल लाला लाजपत राय ते इन्हां वर्गे होर कई लीडरां दी अगुवाई थले बंगाल पंजाब महाराष्ट्र दे विच इह लहर जोर आउंदी सी। आयरलैंड विच इस लहर नू जोरदार तरीके नाल अगे वधाउण दा काम थिएटर ने कीता। इसे लई आयरलैंड दी धरती ते दुनिया दे महान नाटककारां नू पहचान मिली ते इह काम उत्थे लेडी क्रैगरी ने कीता। मैं छोटे लेवल पे कॉलेज के विद्यार्थियों नाल एक कम करा हिंदुस्तान हूँ मेरा भी मुल्क सी, जबान मेरे को नहीं सी पर बच्चिया को ते सी, वो मेरी गल समझ नहीं सन सकते पर अंग्रेजी पढ़ सकते सन समझ सकते सन। पर एक समस्या हो बहुत बड़ी समस्या नोरा लई विदेशी भाषा विदेशी सभ्याचार बड़ी वड्डी समस्या है केसी कि उन्होंने कोल उन्होंने अपनी जबान दे विच ड्रामा है। क्यों अपनी जबान ड्रामा क्यों नहीं सी? बाबा बोध सिंह लिख रहे सन, भाई वीर सिंह लिख रहे सन तो और जेने भी लिख दे सन वो खेते नहीं सन जाने ते आम लोग नेड़े नहीं सन जेने खेते सन पासी कंपनियां दे सन कटिया पद्धत दे ड्रामा पैसा कमांदे सन विश्वागिरी करते सन। मैं आना बच्चा कोलो एक काम नहीं सन करवा सकती। मैं फिलिप्स के विद्यार्थियों को घर बुलाया, आई सी नंदा रजिंदर लाल सानी एस एस पटनागर चार पांच हो विद्यार्थी घर आए, बड़ी देर गप्पा मारते रहे चाह पीती इधर उधर की गल करते रहे ते जो जान लगे ते मैं फट गया। मैं कहा घर छ इधर आ इधर आ। हां जी मैडम is
ਸਾਲ ਅਸੀਂ ਜਿਹੜਾ ਡਰਾਮਾ ਕਰਾਂਗੇ ਉਹ ਅੰਗਰੇਜ਼ੀ ਚ ਹੋਊਗਾ ਜੀ। ਅੰਗਰੇਜ਼ੀ ਤੁਸੀਂ ਫਿਲਿਪਸ ਕੋਲੋਂ ਪੜੋਗੇ, ਮੈਨੂੰ ਤੁਸੀਂ ਪੰਜਾਬੀ ਸਿਖਾਓਗੇ। ਇਸ ਸਾਲ ਅਸੀਂ ਜਿਹੜਾ ਡਰਾਮਾ ਕਰਾਂਗੇ ਪੰਜਾਬੀ ਚ ਹੋਊਗਾ। This is not possible, madam. I know what you are saying, but I'm saying that it is possible. मैं तो अनु अंग्रेजी स्क्रिप्ट दे, तुसी उदा पंजाबी दे भी अनुवाद करोगे। थोड़ी सी मुश्किल होएगी पर मिलजुल के सॉल्व कर लोगे। तू पटना का ऐसा नहीं। But madam, अहीं कभी पंजाबी च लिखा ही नहीं, बस बोलन च यूज करते हैं। बोलचाल वाली भाषा ही चाहिए जिस तरह तुसी करा च बोलते। And I will help you. I'm there. And we are going to start it from tomorrow itself. Tomorrow itself? Yes, from tomorrow itself. Okay? जी क्लोज़ी। चल। जी। गुड नाइट। थैंक यू। नोरा का हाथ छूने मैंने तुझे में खंड लाके। मैं ईश्वर चंद्र नंदा काले दाय के नुस्खे किया जा मुंडा मेरे ते ना परोसा कितना संग रह जाए मैंने तो जोश जा सोचा हूँ चाहे कुछ भी हो जाए काम करना ही है। अगले दिन नोरा ने हानू लेडी ग्रेगरी का ड्रामा पढ़ाता स्प्रेड इन द न्यूज। पहला हानू ड्रामा नोरा ने खुद पढ़ के सुनाया। वो ड्रामा पढ़े तो हाथ हासा न रुके। ड्रामे में चली कॉमेडी हानू समझ आ। लो जी टीचा मित्र लिया भी जे ड्रामा पंजाबी च करना है हस हस के लोगों से ढिडी पीड़ा ना पैन तो गल नहीं जमानी। अं हो गए शुरू। अं जो लिखिए पढ़ के नोरा नू सुनाई। नोरा पढ़ने वाले वाल घट बाकियों वाल वध ध्यान दे। बाकियों के हाव भाव जानी रिएक्शन जो चैक करे। जब उन्होंने लगे भी बाकी सारे स्वाद आ रहा ता नोरा गल अगे तोर दे। पहली पेशकारी दे विच ईश्वर चंद्र नंदा ने जैक स्मिथ दा रोल किया। अरे ओ ना सारी मुंडिया विच सब तो सोना ते गोरा मुंडा सी। अगली पेशकारी दे विच मैं आनो मिसेस तार प्ले दा रोल। ओ मिसेस तार प्ले जिदा जिक्र कर अपनी टोकरी का सारा समान इकट्ठा कर रही थी कि चाह पत्ती की खंड पूरे दो पौंड की मुल लई सी। हाय हाय जे मैं ऊंचा ना सुनता हूं तो इस भाने का पुछता पता लगता। आप जड़ लड़ मरते रहे ते मैं मर जानी नू कुछ भी पता ना लगा। हाय हाय बोले होना कि दी माड़ी किस्मत है। जेरे लोग तो ड्रामा वेखन आउणगे
ਔਰ ਤੁਹਾਡੇ ਵਰਗੀ ਜ਼ਿੰਦਗੀ ਜੀਵੇ ਹਾਂ ਤੁਹਾਡੇ ਵਰਗੇ ਬੋਲੀ ਬੋਲਦੇ ਹਾਂ ਜੇ ਤੁਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਭਾਸ਼ਾ ਦੇ ਵਿੱਚ ਲਿਖੋਗੇ ਤਾਂ ਕੀ ਹੋਵੇਗਾ ਥਿੰਕ ਅਬਾਊਟ ਰੀਅਲ ਪੀਪਲ ਇਨ ਦੇਅਰ ਓਨ ਲੈਂਗੁਏਜ ਤੇਰੀ ਗ੍ਰੈਗਰੀ ਨੇ ਤੇ ਸ਼ਾਹ ਨੇ ਇਹੋ ਕੀਤਾ ਇਬਸਨ ਤੇ ਚੈਕਅਪ ਨਹੀਂ ਤੁਸੀਂ ਪੰਜਾਬੀ ਦੇ ਇਬਸਨ ਤੇ ਚੈਕਅਪ ਬਣੋਗੇ ਐਂਡ ਯੂ ਕੈਨ ਡੂ ਇਟ ਅਹੀਂ ਯੈਸ ਇਬਸਨ ਚੈਕਅਪ ਤੁਹਾਡੇ ਵਿੱਚ ਅਜੀ ਦਾ ਡਰਾਮਾ ਸਭ ਤੋਂ ਵਧੀਆ ਹੋਏਗਾ ਉਸ ਨੂੰ ਆਖਰੀ ਦਿਨ ਇਨਾਮ ਮਿਲੇਗਾ ਇੱਕ ਮੇਰੇ ਵੱਲ ਮਨਜ਼ੂਰ ਮਨਜ਼ੂਰ ਜੀ ਮੇਰਾ ਨੂਰਾ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਇਹਦੀ ਗੱਲਾਂ ਦਾ ਜਾਦੂ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਕੇਨ ਹੈ ਸਿਰ ਤੇ ਕੁਝ ਫੇਰ ਕੇ ਜਾਦੂ ਟੋਣਾ ਕਰਦਾ ਸਿੱਧੀਆਂ ਜਿਹੀਆਂ ਗੱਲਾਂ ਕਰਦੀ ਸੀ ਸਿੱਧੇ ਜਿਹੇ ਅੰਦਾਜ਼ ਪਰ ਗੱਲਾਂ ਕਰਨ ਦਾ ਅੰਦਾਜ਼ ਇਸ ਤਰ੍ਹਾਂ ਦਾ ਕਿ ਜਿਵੇਂ ਬੰਨ੍ਹ ਕੇ ਬੰਦੇ ਨੂੰ ਕੀਲ ਕੇ ਬਿਠਾ ਲਿਆ ਮੈਂ ਤਾਂ ਕੀਲਿਆ ਗਿਆ ਅਧਾਗਰ ਵੀ ਸਾਨੀ ਵੀ ਦੋ ਤਿੰਨ ਮੁੰਡੇ ਹੋਰ ਵੀ ਅਸੀਂ ਕੰਮ ਸ਼ੁਰੂ ਕਰ ਕੋਈ ਲਿਖ ਕੇ ਲੈ ਆਉਂਦਾ ਉਹ ਸੁਣਾਉਂਦਾ ਕੋਈ ਆਪਣਾ ਮੂੰਹ ਜ਼ਬਾਨੀ ਬੁੱਤਾ ਸਾਰਦਾ ਪਰ ਨੋਰਾ ਐਸੀ ਹੀ ਉਹ ਨਾ ਤਾਂ ਸੁਣਨ ਲੱਗਿਆ ਤੇ ਨਾ ਹੀ ਬੋਲਣ ਲੱਗਿਆ ਪੂਰੇ ਜੋਸ਼ ਵਿੱਚ ਰਹਿੰਦੀ ਸੀ ਅਮਰ ਰੋਜ਼ ਇਹਨਾਂ ਨੇ ਨਵੇਂ ਨਵੇਂ ਆਈਡੀਆ ਲੈ ਕੇ ਆਉਂਦੇ ਮੈਂ ਆਪਣੇ ਤਰੀਕੇ ਨਾਲ ਇਹਨਾਂ ਦੇ ਮਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਮਕਸਦ ਸੀ ਕਿ ਇਹ ਆਪਣੀ ਕਹਾਣੀ ਲੱਭ ਸਕਣ ਉਹਦੇ ਬਾਰੇ ਸਪਸ਼ਟ ਹੋ ਸਕਣ ਪਾਤਰਾਂ ਦਾ ਮੂੰਹ ਅੰਦਰਾਂ ਘੜਿਆ ਜਾਵੇ ਪਰ ਈਸ਼ਵਰ ਚੰਦਰ ਨੰਦਾ ਬੜੇ ਦਿਨ ਚੁੱਪ ਚਾਪ ਉਸਨੂੰ ਕੋਈ ਅੱਗੇ ਹੀ ਪਸੰਦ ਨਹੀਂ ਸੀ ਆ ਰਹੇ ਇੱਕ ਦਿਨ ਉਸਨੇ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹੀ ਬਾਲ ਵਿਆਹ ਬਾਰੇ ਮੈਡਮ ਜੀ ਮਾਪੇ ਇਸ ਤਰ੍ਹਾਂ ਕਿਵੇਂ ਕਰ ਸਕਦੇ ਇੱਕ ਨਿੱਕੀ ਜੀ ਬਾਲੜੀ ਦਾ ਵਿਆਹ ਉਹਦੀ ਮਰਜ਼ੀ ਤੋਂ ਬਗੈਰ ਕਿਸ ਤਰ੍ਹਾਂ ਕਰ ਸਕਦੇ ਨੰਦਾ ਲਿਸਨ ਤੂੰ ਇਸੇ ਟੌਪਿਕ ਤੇ ਲਿਖ ਮੈਂ ਯਾ ਥਿੰਕ ਅਬਾਊਟ ਇਟ ਕਿਉਂ ਕਰਦੇ ਨੇ ਪੇਰੈਂਟਸ ਆਪਣੀ ਲੜਕੀ ਦੇ ਨਾਲ ਇਸ ਤਰ੍ਹਾਂ ਹੈ ਜਦੋਂ ਉਹਦੀ ਖੇਡਣ ਦੀ ਉਮਰ ਹੁੰਦੀ ਵਾਟ ਡਰਾਈਵਸ ਦੈਮ ਲਿਖਣਾ ਸ਼ੁਰੂ ਕਰ ਲਿਖਦਾ ਕਾਗਜ਼ ਪੜ੍ਹਦਾ ਫਿਰ ਕਾਗਜ਼ ਪੜ੍ਹਦਾ ਜਦੋਂ ਨੋਰਾ ਦੇ ਸਾਹਮਣੇ ਜਾਂਦਾ ਤੇ ਬੜਾ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਕਿ ਮੈਂ ਕਿਸ ਤਰ੍ਹਾਂ ਦਾ ਲਿਖ ਰਿਹਾ ਮੇਰੇ ਕੋਲ ਲਿਖਿਆ ਕਿਉਂ ਨਹੀਂ ਜਾ ਰਿਹਾ ਆਪ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਲੈਂਦਾ ਤੂੰ ਇੱਕ ਬੱਚੀ ਦਾ ਬਾਪ ਹੈ ਜਵਾਨ ਬੱਚੀ ਦਾ ਨਹੀਂ ਨੋਰਾ ਜੀ ਮੈਂ ਆਪਣੀ ਬੱਚੀ ਦਾ ਵਿਆਹ ਇਸ ਤਰ੍ਹਾਂ ਨਹੀਂ ਕਰ ਸਕਦਾ ਮੈਂ ਤਾਂ ਇਹਦਾ ਬਾਰੇ ਸੋਚ ਵੀ ਨਹੀਂ ਸਕਦਾ ਆਪਣੀ ਆਪ ਨੂੰ ਪਿੰਡ ਦੇ ਜਾਂ ਕਸਬੇ ਦੇ ਉਸ ਗਰੀਬ ਕਿਸਾਨ ਦੀ ਥਾਂ ਤੇ ਰੱਖ ਕੇ ਵੇਖ ਜਿਹਦੇ ਘਰ ਬੜੀਆਂ ਥੋੜਾ ਨੇ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਹਨੂੰ ਬਹੁਤ ਮਿਹਨਤ ਕਰਨੀ ਪੈਣੀ ਕੁਝ ਵੀ ਹੋ ਜਾਏ ਨੋਰਾ ਜੀ ਬੱਚੀ ਵੱਡੀ ਹੋ ਜਾਏਗੀ ਫਿਰ ਉਸਦੀ ਸ਼ਾਦੀ ਕਰਾਂਗਾ ਤੇ ਜੇ ਉਹ ਤੈਨੂੰ ਬਿਨਾਂ ਦੱਸਿਆ ਆਪਣੇ ਕਿਸੇ ਪ੍ਰੇਮੀ ਨਾਲ ਦੌੜ ਜਾਏ ਵਾਟ ਤੂੰ ਠੱਗਿਆ ਰਹਿ ਜਾਣਾ ਘਰ ਦੇ ਵਿੱਚ ਬਰਾਤ ਆਈ ਹੋਈ ਅਚਾਨਕ ਲੜਕੀ ਦੌੜ ਗਈ ਤੂੰ ਤੇ ਤੇਰੀ ਬੀਵੀ ਬਹੁਤ ਪਰੇਸ਼ਾਨ ਕੀ ਕਰੋ ਪਿੰਡ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਕੀ ਨੂੰ ਵਿਖਾਓ ਪਤਾ ਨਹੀਂ ਵਾਟ ਪਤਾ ਨਹੀਂ ਯੂ ਹੈਵ ਟੂ ਟੇਕ ਅ ਡਿਸੀਜਨ ਪਤਾ ਨਹੀਂ ਮੈਂ ਕੀ ਕਰਾਂਗਾ Don't try to avoid it. Think about it. Ki karega? Yes. Take a decision. Yes. Atmahatya. What? Atmahatya. Yes. Suicide. Yes. Bol de. Kya? Aur koi raah bhi tane chhadya us papa ne mere waste? Kuch aur ki socha? Yes, kuch aur. Aur aur ki socha? Aur aaj aur ki socha? Maine kuch samajh nahi aa raha. Aur soch. ਸ਼ਾਦੀ ਵਾਲਾ ਦਿਨ ਹੈ ਦੁੱਲਾ ਵੇਦੀ ਤੇ ਬੈਠਾ ਉਡੀਕ ਰਿਹਾ ਦੁੱਲਾ ਵੇਦੀ ਤੇ ਹਾਂ ਯੈਸ ਮਿਲੋ ਮੇਰੀ ਬੱਚੀ ਮਿਲੋ ਮਿਲੋ ਮੇਰੀ 5 ਸਾਲ ਦੀ ਬੱਚੀ ਹਾਂ ਮੈਂ ਆਪਣੀ ਵੱਡੀ ਬੱਚੀ ਦੀ ਜਗ੍ਹਾ
अपनी 5 साल की बच्ची नु भेजी ते बिठा देंगा पिंड के लोका सामने मेरी इज्जत दा बचेगी नूरज नो नो नत्ता नहीं नूरज जी नहीं ए पाप है होर कोई राह नहीं है नो नो प्लीज 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 आई से डोंट डू इट होर कोई राह नहीं 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 मैं तो होर कोई राह नहीं होर मैं यार करना पाएगा तोरा होर राह मेरे को होर कोई राह नहीं बचा तोरा होर राह स्टॉप इट नत्ता स्टॉप इट पंजाबी दा ये पहला ड्रामा तुलत सुहाग अपनी कमजोरियां समझना
अगले 10 साल तक हालत कोई बहुत चंगे नहीं सन। पॉलिटिकल हालात भी बहुत तेजी नाल बदल रहे सन। गांधी जी हिंदुस्तान वापस परत आए सन। रो अटैक का रौला बहुत ज्यादा सी। पहली संसार जंग खत्म हो चुकी सी, पर फिर भी सरकार जंग खत्म होने तो बाद भी ये एक्ट वापस लैण नु तैयार नहीं सी। किसी नु किते भी फाड़ लेना, कैद कर दे, फांसी दे दे, चले आओ लपाट कर कर। बहुत तेज से आस पास ये सारिया घटनावां हो रही सन। लोगों उत्ते खास करके नौजवानों उत्ते इसका बहुत ज्यादा असर हो रहा सी। एग्जैक्टली आयरलैंड दे होम रूल वर्गे हालात पैदा हो गए सन। थिएटर सब तो बहुत जोरदार तरीके नाल असर पा सकता है। एक गल मैं अंदर तक महसूस करती सी। इस वे नवे सिरे नवे जोश नाल काम शुरू किया। नवे कलाकारां नूं ट्रेनिंग देण लई अपना ग्रुप बना लिया सरस्वती स्टेज सोसाइटी। ताकि नवी पनीरी तैयार होंदी रहे, जिन्हां दे विच अपने माहौल नूं बदलण दी इच्छा भी होवे ते समर्था होवे। नाराज बहुत सारे रवे कीते कुछ रवे ने आप ही लिए सभी तालने की हालत हुई। असल विच असी ਜਿਹੜਾ ਬੀਜ ਬੀਜਣ ਤੇ ਉਹਨੂੰ ਚਾਰੇ ਪਾਸੇ ਖਿਲਾਰਨ ਦੀ ਕੋਸ਼ਿਸ਼ ਕਰ ਰਹੇ ਸਨ ਨਾ, ਮੌਸੀ ਮਹਿਸੂਸ ਕਰਦੇ ਸਾਂ ਆਪਣੀ ਤਰ੍ਹਾਂ ਦਾ ਵੱਖਰਾ ਜਿਹਦੇ ਵਿੱਚ ਪੰਜਾਬ ਦੀਆਂ ਘਰਾਂ ਰਸੋਈਆਂ ਝੌਂਪੜੀਆਂ ਮੰਦਰਾਂ ਮਸੀਤਾਂ ਦੀਆਂ ਤਸਵੀਰਾਂ ਹੋਣਗੀਆਂ। ਘਰਾਂ ਦੀਆਂ ਰਸੋਈਆਂ ਤੇ ਖੂਹਾਂ ਦੀਆਂ ਵਡੇਰਾਂ ਤੇ ਪਏ ਪਿੱਤਲ ਦੇ ਤੇ ਮਿੱਟੀ ਦੇ ਭਾਂਡਿਆਂ ਦੀਆਂ ਤਸਵੀਰਾਂ, ਉੱਚੀਆਂ ਹਵੇਲੀਆਂ ਦੀਆਂ ਨਕਸ਼ਿਆਂ ਦੀਆਂ ਤਸਵੀਰਾਂ, ਕੰਧਿਆਂ ਤੇ ਬੂਹਿਆਂ ਤੇ ਚਿੱਤਰੀਆਂ ਹੋਈਆਂ ਤਸਵੀਰਾਂ, ਚਰਖਿਆਂ ਦੀ ਕੂਕਰ ਸਰਕਾਰੀ ਤੇ ਸਭ ਕਾਸੇ ਦੇ ਵਿੱਚ ਪੰਜਾਬ ਦੀ ਰੂਹ ਧੜਕਦੀ ਹੋਈ ਸੁੱਚੇ ਵਿੱਚ ਹਿੰਦੁਸਤਾਨ ਦੀ ਤਾਜ਼ਾ ਤਸਵੀਰ, ਜਿਹਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਲੜਾਈ ਦੀ ਜਦੋ ਜਹਿਦ ਦਾ ਸੂਰਾ ਵੀ ਹੋਵੇਗਾ। ਇੱਕ ਦੂਜੇ ਵੱਲ ਖਿੱਚੇ ਜਾਂਦੇ ਨੇ, ਸਮੇਂ ਦਾ ਪਤਾ ਨਹੀਂ ਲੱਗਿਆ। 5 ਸਾਲ ਇਹ ਸਿਲਸਿਲਾ ਚੱਲਦਾ। ਫਿਲਿਪਸ ਉਹਨਾਂ ਨਾਲ ਕਲਾਸ ਵਿੱਚ ਗੱਲ ਕਰਦਾ ਤੇ ਮੈਂ ਡਰਾਮਿਆਂ ਦੀਆਂ ਰਿਹਰਸਲਾਂ। ਅਸੀਂ ਦੋਵੇਂ ਉਹਨਾਂ ਨਾਲ ਕਲਾ ਬਾਰੇ ਤੇ ਉਹਨਾਂ ਦੇ ਆਸ ਪਾਸ ਦੇ ਮਾਹੌਲ ਬਾਰੇ ਇਸ ਤਰ੍ਹਾਂ ਚਰਚਾ ਕਰਦੇ ਜਿਵੇਂ ਉਹ ਮੇਰੇ ਅਤੇ ਫਿਲਿਪਸ ਦੇ ਆਪਣੇ ਬੱਚੇ ਹੋਣ। ਉਹਨਾਂ ਦੀ ਸੋਚ ਅਤੇ ਉਹਨਾਂ ਦੀ ਸ਼ਖਸੀਅਤ ਕਿਵੇਂ ਦੀ ਹੋਣੀ ਚਾਹੀਦੀ ਹੈ ਜਿਵੇਂ ਇਹ ਜ਼ਿੰਮੇਵਾਰੀ ਸਾਡੀ ਹੋ। ਨਾ ਦਿਨਾਂ ਦਾ ਪਤਾ ਲੱਗਿਆ, ਨਾ ਮਹੀਨਿਆਂ ਦਾ, ਨਾ ਸਾਲਾਂ ਦਾ। ਪਹਿਲੇ ਮੈਂ ਅਤੇ ਨੌਜਵਾਨ ਬੱਚੀ ਇੱਕ ਦਿਨ ਪਹਿਲੇ ਕਾਲਜ ਤੋਂ ਘਰ ਭਾਰਤ ਵਰਸ਼ ਦੀ ਇਸ ਕੁਛ ਤੇ ਕੰਮ ਕਰ ਰਹੀ ਸਾਂ। ਯੈਸ ਭਾਰਤ ਵਰਸ਼ ਰਿਵਾਈਜ਼ ਕਰ ਰਹੀ।
स्टूडेंट्स रिहर्सल ही आ रहे हैं ना दोबारा शो करने फिर ले दे आर वेरी एक्साइटेड आज बाल दे हालात बारे इन्हें अवेयर हो रहे ने कि इन्नी जानकारी मैनू भी नहीं जिनी होना है रोज अखबारों में पढ़ के ते लोगों को सुन के नवी जानकारी लगे इस सफर में खूबसूरत लग रहा है थैंक यू फिलिप मेरी जिंदगी लो अर्थ दे नहीं याद है एक बार साड़ी शादी तो पहले तू गया सी एक नवे मकसद नो जीन वास्ते मैं तेरे को ला रही हूँ बिल्कुल सच क्या यू आर a wonderful partner for them. I love you. तबीयत ठीक है? चार पांच दिन तो बुखार चल रहा है. And you are not taking care of yourself. No, no. अच्छा लड़के ने मेनू गाल कटी डॉग वाइट डॉग इंडिया छड़ के चार दिन बाहर नहीं निकल पाया स्टूडेंट्स ने उसको बहुत बुरी तरह कुटिया आई वांटेड टू सेव हिम मैं उसको बचाना चाहता सी आई फोटो ऐसे माहौल भी बहुत आम गल है फिलहाल ਜਲਿਆਂ ਵਾਲੇ ਬਾਗ ਦੇ ਵਿੱਚ ਜੋ ਕੁਝ ਹੋਇਆ ਜਵਾਨ ਪੀੜ੍ਹੀ ਦਾ ਬਸ ਨਹੀਂ ਚੱਲਦਾ ਅਤੇ ਉਹ ਇਸੀ ਟਾਰਗੇਟ ਲੱਭਦੇ ਨੇ ਡੋਂਟ ਵਰੀ ਅਸੀਂ ਉਸ ਲੜਕੇ ਦਾ ਪਤਾ ਲੈਣ ਚੱਲਾਂਗੇ ਲੇਕਿਨ ਸੌਰੀ ਫੋਰ ਇਟ ਅੱਜ ਰਿਹਰਸਲ ਦੇ ਵਿੱਚ ਲੜਕੇ ਆਉਣਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡੇ ਬੱਚੇ ਇਸ ਤਰ੍ਹਾਂ ਦੀ ਨਫ਼ਰਤ ਵਾਲੀ ਪੋਲੀਟਿਕਸ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਪਹਿਲੇ ਡਾਕਟਰ ਕੋਲ ਚੱਲ ਕਮ ਲੈਟਸ ਗੋ ਕਮ ਫਿਲਿਪਸ ਕਮ Phillips. ਪ੍ਰਿੰਸੀਪਲ ਵਾਸਵਾਨੀ ਦੇ ਕਾਲਜ ਛੱਡ ਜਾਣ ਤੋਂ ਬਾਅਦ ਮਾਹੌਲ ਵੀ ਕੁਝ ਠੀਕ ਨਹੀਂ ਸੀ ਅਤੇ ਮੈਂ ਆਪ ਵੀ ਸ਼ਾਇਦ ਬਹੁਤ ਕਮਜ਼ੋਰ ਮਹਿਸੂਸ ਕਰ ਰਹੀ ਸੀ ਇੰਗਲੈਂਡ ਵਿੱਚ ਫਿਲਿਪਸ ਦੇ ਕਾਗਜ਼ ਪੱਤਰ ਪ੍ਰਾਪਰਟੀ ਇੰਗਲੈਂਡ ਵਾਪਸ ਚਲੇ ਇੰਗਲੈਂਡ ਵਿੱਚ ਤੇ ਪਹਿਲਾਂ ਡੇਵਿਨ ਸ਼ਹਿਰ ਦੇ ਐਗਜ਼ੀਟਰ ਸ਼ਹਿਰ ਵਿੱਚ ਤੇ ਫਿਰ ਲੰਡਨ ਦੇ ਚੈਲਸੀ ਇਲਾਕੇ ਵਿੱਚ ਰਹੀ ਰਜੇ ਵੀ ਇੰਡੀਆ ਬਹੁਤ ਯਾਦ ਆ ਰਿਹਾ ਸੀ ਸ਼ਾਇਦ ਫਿਲਿਪਸ ਨੂੰ ਮਿਸ ਕਰ ਰਹੀ ਸੀ ਜਾਂ ਲਾਹੌਰ ਦੇ ਉਹਨਾਂ ਕਲਾਕਾਰਾਂ ਨੂੰ ਜਾਂ ਉੱਥੋਂ ਦੇ ਕਲਚਰ ਨੂੰ ਪਤਾ ਨਹੀਂ ਤੇ ਚਾਰ ਸਾਲ ਬੀਤ ਗਏ ਅਜੇ ਵੀ ਇੰਗਲੈਂਡ ਵਿੱਚ ਸੀ ਲੱਗ ਰਿਹਾ ਇੰਡੀਆ ਬਾਰੇ ਕਿਤੇ ਵੀ ਕੁਛ ਛੱਪਦਾ ਕੋਈ ਚਰਚਾ ਹੋ ਰਹੀ ਹੁੰਦੀ ਮੈਂ ਜ਼ਰੂਰ ਛੱਪ ਦੂੰਗੀ ਇਸੇ ਦੌਰਾਨ ਲੰਡਨ ਦੇ ਹਾਰਮੋਨਿਕ ਹਾਲ ਵਿੱਚ ਇੱਕ ਡਾਕੂਮੈਂਟਰੀ ਥਰੂ ਰੋਮਾਂਟਿਕ ਇੰਡੀਆ ਦਿਖਾਈ ਜਾ ਰਹੀ ਸੀ ਮੈਨੂੰ ਪਤਾ ਲੱਗਿਆ ਮੈਂ ਤੁਰੰਤ ਵੇਖਣ ਪਹੁੰਚ ਗਈ ਜਦੋਂ ਫਿਰ
ਇੰਡੀਆ ਵਾਪਸ ਆ ਗਈ।
नोरा इंडिया वापस इंडिया आके नोरा नंदा सानी ते जयदया नु मिली। जयदया प्रोफेसर रिचर्ड्स दे सब तो फेवरेट स्टूडेंट्स विचो एक सी ते हुण ओ दयाल सिंह कॉलेज लाहौर दे विच लेक्चरर लगा। नोरा ने इत्थे आके सारयां नु इकट्ठा कीता। दयाल सिंह कॉलेज लाहौर विच मर्चेंट ऑफ वेनिस ड्रामा करवाया। दिलसी साल कॉटन क्रेग ने भी इंडिया इनवाइट किया। जरा हूं तक पछंदा सब तो बहुत मकबूल थी। एक हजार एक्टर बन चुका है। ये तो उन स्टूडेंट्स नो टेक्निकल ट्रेनिंग दे रहा है। क्रेग ने रल के एक हार्ट ड्रामा के दिया बेटा दिन फॉरमैन कॉलेज लाहौर दे हाल दे विच इथों दे लोकां लई भी ते गार्डन क्रेग दे लई भी इट वाज A memorable experience. A memorable experience. इंडिया वापस आके मैं बहुत खुश हूँ। भावे अजय कमाई का कोई साधन नहीं। कुछ अखबारों में आर्टिकल लिख के या रसाले में छाप के कुछ पैसे मिल जाते सर पर इसी दौरान पंजाब दे एक पहाड़ी इलाके मंडी दे वेच पावर हाउस का काम शुरू होया। फिर उधर दफ्तर भी पालनपुर च से जदो पंजाब दे गवर्नर सर मिंट गुमरी उद्घाटन करन गए तो मैं सिविल एंड मिलिट्री गजट लाहौर दी प्रेस रेप्रेजेंटेटिव बन गई। पालमपुर दी पेंडू विकास कमेटी दी एक और एक गैर सरकारी मेंबर भी नियुक्त हो गए। मैं अपना निकाल पालमपुर दे रहे पेंडू पनोली दे विच कर गया। उते रण लगी मेरे छेटन वास्ते फिलिप दा सब तो प्यारा विचार थी जैडियाल नाटी पहुंची जिंदगी ਦਿਹਾਤੀ ਜੀਵਨ ਜੀਣ ਵਾਲੇ ਦੀਆਂ ਜੜ੍ਹਾਂ ਕੁਦਰਤ ਵਿੱਚ ਲੰਡਨ ਵਿੱਚ ਜਦੋਂ ਦਿਹਾਤੀ ਜ਼ਿੰਦਗੀ ਇੰਗਲੈਂਡ ਦੀ ਰੀੜ ਦੀ ਹੱਡੀ ਸੀ ਤੇ ਉਹਨੇ ਬੜੇ ਵੱਡੇ ਵੱਡੇ ਲੇਖਕ ਕਲਾਕਾਰ ਨੇਤਾ ਨੀਤੀਵਾਨ ਪੈਦਾ ਕੀਤੇ। ਯੂਰਪ ਵਿੱਚ ਅਮੀਰ ਲੋਕ ਵੱਡੀਆਂ ਵੱਡੀਆਂ ਫੀਸਾਂ ਦੇ ਕੇ ਆਪਣੇ ਬੱਚਿਆਂ ਨੂੰ ਇਹੋ ਜਿਹੇ ਘਰਾਂ ਵਿੱਚ ਰਹਿਣ ਲਈ ਭੇਜਦੇ ਨੇ ਤਾਂ ਕਿ ਉਹ ਜੀਵਨ ਸਿੱਖ ਸਕਣ। ਪੰਜਾਬ ਦੇ ਪਿੰਡਾਂ ਵਿੱਚ ਵੀ ਇਹੋ ਸੁਪਨਾ ਲੈ ਕੇ ਜਾਂਦੇ ਤੇ ਇਹ ਸੁਪਨਾ ਪੂਰਾ ਹੋ। ਬਹੁਤ ਸੋਹਣਾ ਸੁਪਨਾ ਹੈ ਨਾਰਾ ਜੀ, ਤੁਸੀਂ ਬਸ ਇਸ ਨੂੰ ਪੂਰਾ ਕਰੋ। ਜੋ ਹੁਕਮ ਮੈਨੂੰ ਕਰੋਗੇ ਮੈਂ ਕਰਾਂਗਾ। ਦੱਸੋ ਕੀ ਕਰਨਾ। ਜਦੋਂ ਤੁਸੀਂ ਸੁਪਨਾ ਦੀ ਗੱਲ ਕਰਦੇ ਹੋ ਨਾ ਲੱਗਦਾ ਮੇਰੇ ਸਾਹਮਣੇ ਪੂਰੀ ਦੁਨੀਆ ਹੋਰ ਨਵੀਂ ਉਮੀਦ ਆ ਗਈ। ਮੈਨੂੰ ਪੈਂਪਰ ਨਾ ਕਰਿਆ ਕਰ, ਕੰਮ ਤੇ ਕਰਨਾ ਹੀ ਤੇ ਤੇਰੇ ਕੋਲੋਂ ਮੈਂ ਜ਼ਬਰਦਸਤੀ ਕਰਵਾਵਾਂ। ਜੀ ਨਾਰਾ ਜੀ, ਨੋਰਾ ਨੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਕੰਮ ਉਸਨੇ ਪਿਛਲੇ ਕਈ ਸਾਲਾਂ ਵਿੱਚ ਨਹੀਂ ਸੀ ਕੀਤਾ। ਅਖਬਾਰਾਂ, ਰਸਾਲਿਆਂ, ਮੈਗਜ਼ੀਨਾਂ ਲਈ ਆਰਟੀਕਲ ਲਿਖਣੇ ਤੇ ਛਪਾਉਣੇ, ਕਿਤਾਬਾਂ ਲਿਖਣੀਆਂ ਤੇ ਛਪਵਾਈਆਂ, ਡਰਾਮਾ ਟ੍ਰੇਨਿੰਗ ਕੋਰਸ, ਨਾਟਕਾਂ ਦੀਆਂ ਰਿਹਰਸਲਾਂ, ਨਾਟਕਾਂ ਦੀਆਂ ਪੇਸ਼ਕਾਰੀਆਂ, ਮੀਟਿੰਗ, ਵਰਕਸ਼ਾਪ, ਸੈਮੀਨਾਰ। ਉਦੋਂ ਪੰਜਾਬ ਹਲੇ ਵੱਡਿਆ ਨਹੀਂ ਸੀ ਗਿਆ, ਉਹ ਪੰਜਾਬ ਤੋਂ ਬਾਹਰ ਜਾ ਕੇ ਵੀ ਕੰਮ ਕਰਦੀ। ਦੇਸ਼ ਵੀ ਹਲੇ ਵੱਡਿਆ ਨਹੀਂ ਸੀ ਗਿਆ, ਉਹ ਕਦੀ ਰੋਹਤਕ, ਗੁੜਗਾਓਂ, ਪਾਣੀਪਤ ਦੇ ਵਿੱਚ ਡਰਾਮਾ ਲਿਖਣ ਤੇ ਖੇਡਣ ਦੀਆਂ ਮੀਟਿੰਗਾਂ ਕਰ ਰਹੀ ਹੁੰਦੀ। ਕਦੀ ਸਰਸਵਤੀ ਸੁਸਾਇਟੀ ਦੇ ਕਲਾਕਾਰਾਂ ਦੇ ਨਾਲ ਸਮਰ ਕੈਂਪ ਲਗਾ ਰਹੀ ਹੁੰਦੀ। ਕਦੀ ਗੁਰਦਾਸਪੁਰ ਦੇ ਵਿੱਚ ਡਰਾਮਾ ਟ੍ਰੇਨਿੰਗ ਕੋਰਸ ਕਰਵਾ ਰਹੀ ਹੁੰਦੀ, ਕਦੀ ਧਰਮਸ਼ਾਲਾ, ਕਦੀ ਮੰਡੀ, ਕਦੀ ਬਰੋਟ। ਨੂਰਾ ਥਾਂ ਥਾਂ ਤੇ ਜਾ ਕੇ ਰੰਗਮੰਚ ਦੀ ਚੇਤਨਾ ਪੈਦਾ ਕਰ ਰਹੀ ਸੀ ਜਗ੍ਹਾ ਜਗ੍ਹਾ ਜਾ ਕੇ। 1926-27-28 ਦੇ ਵਿੱਚ ਉਹ 2 ਸਾਲ ਲਈ ਇੰਗਲੈਂਡ ਵੀ ਹੋਈ ਸੀ। ਉੱਥੇ ਜਾ ਕੇ ਆਪਣੇ ਪਤੀ ਦੀਆਂ ਚਿੱਠੀਆਂ ਸਾਂਭੀਆਂ ਤੇ ਚਿੱਠੀਆਂ ਦੀ ਇੱਕ ਕਿਤਾਬ ਛਾਪ ਲਈ, ਇੰਡੀਅਨ ਡਸਕ। ਨੋਰਾ ਨੇ ਇੱਕ ਦਿਨ ਵੀ ਆਰਾਮ ਨਹੀਂ ਸੀ ਕੀਤਾ। ਇੱਕ ਵਿੰਡਫਾਲ ਹੋਈ। ਪਾਲਮਪੁਰ ਉਸ ਵੇਲੇ ਈਸਾਈ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਕੇਂਦਰ ਸੀ।
सब
सब ने इतने आके नाटक लिखे भी तो नाटक खेले भी हुक्का का बादशाह दादी का ताज कुम्यार ग्रो मोर फूड सन कम सून अ डे इन अकबर्स लाइफ भूमि माता भूमि माता भूमि माता जो मैं लिखा अभी तो नहीं आया ये नाटक तो मैं डायरेक्ट करूं फिर कह लगा ये भूमि माता का रोल आप खुद कीजिए नोरा भूमि माता का रोल करके मैं खूब डांस की भूमि माता के कपड़े पाके सिरते मुकर राखे शांत सुकून चाहते हो कि हर बंदा इसे तरह शांति सुकून रहे पर शायद उन्होंने पता भी नहीं कि इस रहनी बहनी कोई पैसा नहीं लगता कोई कीमत नहीं लगती बल्कि ਤੁਹਾਡੀ ਸੋਚ ਦਾ ਵੇਗ ਲੱਗਦਾ ਹੈ ਪਾਸ ਨੋਰਾ ਜੀ ਤੁਹਾਡੀ ਜ਼ਿੰਦਗੀ ਦੀ ਸਲੇਟ ਤੇ ਸਿਰਫ ਤਿੰਨ ਹੀ ਰੰਗ ਨੇ ਖੱਦਰ ਬਾਂਸ ਤੇ ਮਿੱਟੀ ਤੇ ਤੁਹਾਡੀ ਬਗੀਚੀ ਦੇ ਫੁੱਲ ਜਿਹੜੇ ਤੁਹਾਡੀ ਸੰਗਤ ਕਰਦੇ ਨੇ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਨੇ ਕਈ ਵਾਰ ਬੇਮੌਸਮ ਹੀ ਖਿੜ ਪੈਂਦੇ ਨੇ ਸ਼ਾਇਦ ਇਸੇ ਲਈ ਤੁਸੀਂ ਕਦੇ ਇਕੱਲੇ ਨਹੀਂ ਰਹਿੰਦੇ ਤੁਹਾਡੇ ਹਰ ਕੰਮ ਦੇ ਵਿੱਚ ਤੁਹਾਡੀ ਆਤਮਾ ਖੂਬ ਹੂ ਸਾਕਾਰ ਹੁੰਦੀ ਹੈ ਤੇ ਮਿੱਟੀ ਗਾਰੇ ਦੇ ਨਾਲ ਬਣਾਏ ਹੋਏ ਤੁਹਾਡੇ ਘਰ ਦੀਆਂ ਕੰਧਾਂ ਬੋਲਦੀਆਂ ਨੇ ਨੋਰਾ ਜੀ ਕਿ ਰੂਹ ਤੇ ਮਾਤਾ ਸੱਚਮੁੱਚ ਇੱਕ ਮਿੰਟ ਹੋ ਸਕਦੇ ਨੇ ਨੋਰਾ ਜੀ ਤੁਸੀਂ ਬਹੁਤ ਦੁੱਖ ਝੱਲੇ ਨੇ ਮੈਂ ਦੁਆ ਕਰਦਾ ਕਿ ਹਮੇਸ਼ਾ ਲਈ ਦੁੱਖ ਤੁਹਾਡੀ ਜ਼ਿੰਦਗੀ 'ਚ ਦੂਰ ਚਲੇ ਜਾਵੇ ਪਿਆਰ ਸਕੂਨ ਅਤੇ ਸੁੱਖ ਤੁਹਾਡੇ ਅੰਗ ਸੰਗ ਰਵੇ ਅਤੇ ਤੁਸੀਂ ਜਿੱਥੇ ਵੀ ਰਹੋ ਉਹੀ ਮੇਰਾ ਘਰ ਹੋਵੇ ਮੇਰੀ ਜ਼ਿੰਦਗੀ ਮੇਰਾ ਮੇਰਾ ਸਭ ਕੁਝ ਬੋਲਾ ਜੀ ਮੇਰਾ ਹਾਸਿਲ ਮੇਰੀ ਮੇਰੀ ਜ਼ਿੰਦਗੀ ਬੋਲਾ ਜੀ ਮੇਰੀ ਜ਼ਿੰਦਗੀ You are a beautiful soldier, dear. A big support to me. You don't know what you mean to me. Dharamshala College is padhanda vi hai. Othe natak karwan vi jaanda hai. Te mere ik bulave te ithe daudya chalao re. Puri Punjab vich Gurdaspur to leke Lahore, Batala, Rohtak, Hisar, Jind, Patiala, pure Punjab te vich ਅਸੀਂ ਸਾਰੇ ਅਫਸਰਾਂ ਪ੍ਰਬੰਧਕਾਂ ਸੈਕਟਰੀ ਐਜੂਕੇਸ਼ਨ ਸੈਕਟਰੀ ਚੀਫ ਮਿਨਿਸਟਰ ਇਹਨਾਂ ਸਾਰਿਆਂ ਨੂੰ ਆਪਣੇ ਪ੍ਰੋਗਰਾਮਾਂ ਦਾ ਹਿੱਸਾ ਬਣਾ ਕੇ ਇਸ ਲਹਿਰ ਨਾਲ ਜੋੜ ਸਕਿਆ ਇਹ ਲਹਿਰ ਨੂੰ ਡੁੱਬਣੀ ਨਹੀਂ ਚਾਹੀਦੀ ਡਰਾਮਾ ਲੋਕਾਂ ਨੂੰ ਚੰਗੇ ਇਨਸਾਨ ਬਣਾਏਗਾ ਪਿੰਡ ਨੂੰ ਹੋਰ ਖੂਬਸੂਰਤ ਬਣਾਉਣ 'ਚ ਮਦਦ ਕਰੇਗਾ ਸ਼ਹਿਰ ਦਾ ਪ੍ਰਾਂਤ ਦਾ ਦੇਸ਼ ਦਾ ਮਾਣ ਵਧਾਏਗਾ ਸਾਰੇ ਕੰਮ ਦੇ ਵਿੱਚ ਤੂੰ ਚਾਹਦਿਆਂ ਇਸ ਲੰਬੇ ਸਫ਼ਰ ਦਾ ਸਾਥੀ ਹਮੇਸ਼ਾ ਚਾਹਦਾ ਹੈ ਜੀ ਇਹਨੂੰ ਜੀ ਕਹਿਣ ਦੀ ਲੋੜ ਨਹੀਂ ਤੈਨੂੰ ਕੌਣ ਸਮਝੇ ਨੋਰਾ ਤੇ ਮੇਰੇ ਦਰਮਿਆਨ ਬੜੇ ਸੂਖਮ ਰਿਸ਼ਤਾ ਸੀ ਬੜੇ ਭਾਵਨਾਤਮਕ ਸਕੂਲ ਵੀ ਸੀ ਸਕੂਲ ਅਸੀਂ ਕਦੇ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ ਦੋਵਾਂ ਨੇ ਸ਼ਾਇਦ ਪ੍ਰਾਇਰਟੀ ਕੰਮ ਸੀ ਉਹ ਵੀ ਲਗਾਤਾਰ ਬਿਨਾਂ ਰੁਕੇ ਨੋਰਾ ਨੂੰ 25 ਸਾਲ ਹੋ ਗਏ ਸਨ ਹਿੰਦੁਸਤਾਨ ਵਾਪਸ ਆ ਕੇ ਕੰਮ ਕਰਦਾ ਤੇ ਫਿਰ 1943 ਦੇ ਵਿੱਚ ਅਚਾਨਕ ਨੋਰਾ ਬਿਮਾਰ ਪੈ ਗਿਆ ਇੱਕ ਸਾਲ ਲਈ ਨੋਰਾ ਨੂੰ
हस्पताल रहना पड़ा। पर जिम्मे ठीक हुई तो दिल्ली साइंस कॉन्फ्रेंस में हिस्सा लैन ली। चल बारे गल करते जाके हो सकती है ड्रामे दी राजनीतिक हालात बहुत ज्यादा बिगड़ गए सन। अफरा तफरी का माहौल सी, लोकी घरों नहीं सन निकलते। उदों भी नोरा ने पंजाब के 29 जिलों के सारे प्राइमरी स्कूलों के अध्यापकों का एक ड्रामा ट्रेनिंग कैंप अंदरेटा के विच रखा। मार काट दे डरो गड्डी विच खतरे करके सिर्फ 16 अध्यापक ही पहुंचे, जिन्हों में 8 मुसलमान सन, 7 हिंदू सन, 1 सिख सी। तां नोरा ने सख्त हिदायत की। कैंप दे विच धर्म या सियासत की कोई गल नहीं की जाती। किसी भी अध्यापक नूं उसके अपने नाल नाल नहीं बुलाया जाता, सिर्फ उसके जिले के नाम नाल बुलाया जाता। आखिरी दिन सारे अध्यापक मिलकर गीत गाएंगे, सब हिंदू सिख मुसलमान सब अध्यापक। दोस्ता हमारा हमारा प्यारा वतन हमारा प्यारा वतन हमारा हमारा हिंदोस्ता। कैंप खत्म होने में अजे 3 दिन बाकी ने, पर अध्यापक कैंप छड़ के तुरंत वापस जाना चाहते हैं। अपने कुछ बंदे उधरों आए ने गड्डी, उन्होंने दस्या कि खत्म कारत बहुत ज्यादा बढ़ती है, वट हो रही है, तो अध्यापक हूँ रुकन की नहीं। पॉलिटिक्स तो अंग्रेज हुकूमत बाज नहीं आई, पहले आयरलैंड के 2 टुकड़े हुए सन, और हिंदुस्तान के भी चुप के नगर बसाया, बहुत चंगा काम किया।
कर रही हूँ ना तेरे को कई बार वंड दे नाल नुजर गया है कोई गल नहीं करना कर हिम्मत रख फिर बस जाएगा तेरा प्रीत नगर पर उथल बिच नखलिस्तान वाग फिर वसेगा फिकर ना कर हिम्मत रख तू अंदरेटा रह मेरे को अंदरेटा रह के काम कर फिकर ना कर पिछले 1.5 साल तो हिंदुस्तान दे विच आके वापस जाना चाहता कदे उधर कोल पैसे ना होंदे कदे काम दी मजबूरी होंदी कदे कुछ होर पर देश दी वंड तो बाद अब पाकिस्तान छड़ के इधर आण लई जिस वेले ओ आया तो सीधा अंदरेटा तो पेंटर है? नहीं, मैं आर्टिस्ट। वेल, आर्टिस्ट ही कैसा लफ्ज है जिदे बारे अजे तक तय नहीं हो सकया कि किस तरह दे व्यक्ति नहीं इस्तेमाल किया जाना। इंडिया विच पेंटर साइन बोर्ड पेंट करने वाले नूं कहंदे आ ऐसे करके मैं आर्टिस्ट ब्रैकेट विच लिखे जा रहे वापस जो तो आया सी पर तू तो मिलू ही लेना आया सी मिल लिया बस मैं तैनूं प्रीतनगर तो चिट्ठी लिखी सी तू क्या सी कि मैं तैनूं मिलन आ सकता इस लई मैं आया सी ओ तू प्रीतनगर तो आया शोभा सिंह काम शोभा सिंह काम बहुत ही बदमाश ते कोरी औरत बहुत ही बदमाश ते खड़ा मैं और रात अस्तबल दे विच कटी अगले दिन बड़ी मुश्किल ना कमरा कराए ते मैं वो भी 4 गुना वध कराए आकर दा मारे अंदरेटा भी चेतर उतर घूमता रहा मेरे को नहीं आ जमीन भूल ले ले वापस चला गया 3 साल बाद फिर आया मकान बना ले पैसे नहीं सब फिर मैंने सुने भेजे मकान किराए ते लैन वास्ते मेरा वे मानते सी जो मेरे को लाके रवे तो मैं गुस्सा भी सी इस दिन मैं अपनी आँखें मैं उन्हें रुका लिख भेज मैं लिखा मकान का किराया 30 रुपए पर क्योंकि तू कलाकार है तेरे को अद्धा किराया लवांगी 15 रुपए तो मैं भी वापस रुका लिख के भेज देता कि वैसे तो मकान का किराया 7.5 रुपए होना चाहिए पर तू आर्टिस्ट है इसलिए मैं डबल किराया देंगा 15 रुपए मकान दे दिता मकान मकान दे चुबारे दे उत्तों जो तुरदे सी तो हूटे आउंदे सी एक छोटा जिहा कमरा हेठा एक कमरा उत्ते 2.5 फुट का बरांडा एक छोटी जी अंगीठी ते रात नूं जदों खाना बनाउण लगदे सी तां थल्लों नोरा दे रुक के आउंदे सी मकान दे विच लकड़ां दी अग बिल्कुल ना बाली जावे गुसल खाने दी बारली पन्नी दे बाहर पानी खड़ा नहीं रहना चाहिए उठे उठे 2 आदमियां तो वध बिल्कुल ना चढ़िया मेरी ओन ते पूरे पौड़ियां बंद कर ले जा मैं पौड़ियां उत्ते बांस दे नाल रेलिंग सेट कर रहा सी
किला ठोकने की आवाज सुनी फिर रुका मेरी इजाजत तो बगैर मकान दे विच कोई बात काट ना की जाए जी बसंत सिंह रतन जलंधर शिफ्ट हो गए उन्होंने अपने मकान का उतला कमरा मेरे को दे दिता मैं नोरा का कमरा छड़ छड़न तो पहला मैं नोरा के कमरे की चंगी तरह साफ सफाई करवाई साफ सफाई करवा के मैं कमरे के पोचा लगवाया नोरा ने कमरा चेक किया फिर मेरे ना एक रुका लेके भेजा ते नाल एक रुपये का नोट भी भेजा नोरा ने रुके विच लिखा सी मेरा सब तो वधिया किराएदार साबित हो रहा है लोग जो तो मकान खाली करके जाते ने पूरा गंद पाके जाते मेरे आदमियों को पूरा एक दिन लाके सफाई करनी पड़ती इसलिए दो दिन का किराया वापस मैं तैनू हमेशा नोरा कह के बोला ना दूजा मूड़ा रखता फिर तू बहुत पोरी है नोरा तेन याद वो अछूत सुधार विभाग का डायरेक्टर जो तेन मिलने आया मेरे को चाह भी नहीं पीती ਤੈਨੂੰ ਮਿਲਣ ਦਾ ਇੰਨਾ ਚਾਅ ਚੜਿਆ ਸੀ ਸਿੱਧਾ ਹੀ ਆ ਗਿਆ ਬਿਨਾਂ ਪੁੱਛੇ ਅੰਦਰ ਆ ਵੜਿਆ ਮੈਨੂੰ ਯਾਦ ਹੈ ਤੂੰ ਮੈਨੂੰ ਕਾਲ ਕਰ ਗਿਆ ਗੁੱਡ ਮਾਰਨਿੰਗ ਮੈਮ ਚੱਲ ਤੂੰ ਐਜੂਕੇਟਡ ਹੈ ਮੈਂ ਅਸੂਸ ਦਾ ਮੈਂ ਮੇਰਾ ਡਾਇਰੈਕਟਰ ਹੈ ਤੂੰ ਬਾਹਰ ਬੋਰਡ ਨਹੀਂ ਪੜਿਆ ਅੰਦਰ ਆਉਣਾ ਮੈਨੂੰ ਉਹ ਵਿਚਾਰੇ ਨੇ ਕੁਛ ਨਹੀਂ ਬੋਲਿਆ ਨੂਰਾ ਫੇਰ ਬੋਲ ਪਈ ਚੱਲ ਨਾ ਵੇ ਅਛੂਤ ਆ ਨਾ ਮੈਨੂੰ ਉਧਾਰ ਦੀ ਲੋੜ ਹੈ ਉਹ ਵਿਚਾਰਾ ਮੇਰੇ ਘਰ ਦੇ ਅੱਗੇ ਵੀ ਨਹੀਂ ਲੰਘਿਆ ਖੇਤਾਂ ਵਿੱਚੋਂ ਸਿੱਧਾ ਚਲੇ ਗਿਆ ਮੈਂ ਕੁਝ ਵੀ ਗਲਤ ਨਹੀਂ ਕੀਤਾ ਹਾਂ ਤੂੰ ਤਾਂ ਕਦੀ ਵੀ ਕਿਸੇ ਨੂੰ ਗਲਤ ਨਹੀਂ ਕਰਦਾ ਬਾਕੀ ਲੋਕ ਹੀ ਗਲਤ ਹੁੰਦੇ ਸੁਪਰ ਸਿੰਘ ਹੋਰ ਕੀ ਉਹ ਮੰਡੀ ਦਾ ਰਾਜਾ ਜਦੋਂ ਤੈਨੂੰ ਮਿਲਣ ਆਇਆ ਸੀ ਦੋ ਘੰਟੇ ਮੇਰੇ ਕੋਲ ਬੈਠਾ ਰਿਹਾ ਰਿਸਪੈਕਟ ਦੇ ਤੌਰ ਤੇ ਤੈਨੂੰ ਮਿਲਣਾ ਹੀ ਤਾਂ ਚਾਹੁੰਦਾ ਸੀ ਯਾਦ ਹੈ ਤੂੰ ਰੁੱਕਾ ਲਿਖ ਕੇ ਭੇਜਿਆ ਸੀ ਤੇ ਤੂੰ ਕਿਹਾ ਸੀ ਕਿ 5:15 ਮਿੰਟ ਤੇ ਰਾਜਾ ਤੈਨੂੰ ਆ ਕੇ ਮਿਲ ਸਕਦਾ सिर के उत्ते गांधी टोपी पाई हुई थी एक गांधी टोपी है जी तेरे गांधी के हाथ तो नफरत है गांधी ने आप ही टोपी कदे नहीं पाई ओ बेचारा पैर मलदा चुपचाप चले गया ते तू अपने बाग दे बूटे कट दिए मेनू याद है तू मेरे नाल बहुत सख्त नाराज रहे है ਦੇਸ਼ ਦੀ ਵੰਡ ਦੇ ਹਾਲਾਤ ਤੋਂ ਬਾਅਦ ਫੱਕਰ ਹਾਲਤ ਵਿੱਚ ਉੱਥੇ ਆ ਕੇ ਵੀ ਆਪਣਾ ਸਵੈਮਾਨ ਨਿਡਰਤਾ ਤੇ ਕਲਾਤਮਕ ਪ੍ਰਤਿਭਾ ਸੰਭਾਲ ਕੇ ਰੱਖੀ ਸਭ ਤੋਂ ਵੱਡੀ ਗੱਲ ਉਹ ਪਹਿਲਾ ਆਦਮੀ ਸੀ ਜਿਹੜਾ ਮੇਰੇ ਵਾਂਗ ਮੇਰੇ ਤੋਂ ਬਾਅਦ ਅੰਦਰੇ ਢਾ ਕੇ ਵੱਜ ਗਿਆ ਸੀ ਹੋਰ ਵੀ ਬਹੁਤ ਸਾਰੇ ਕਲਾਕਾਰ ਚਲਾਉਣ ਇੱਥੇ ਵੱਸ ਜਾਣ ਲਈ ਕਨਵਿੰਸ ਕਰਨ ਦੀ ਲੋੜ ਸੀ ਕਿ ਅੰਦਰੇਟਾ ਇੱਕ ਐਸਾ ਆਸ਼ਰਮ ਬਣ ਜਾਵੇ ਜਿੱਥੇ ਕਲਾਤਮਕ ਸਾਧਨਾ ਦੀ ਪੂਰਤੀ ਕੀਤੀ ਜਾ ਸਕੇ ਪਰ ਉਹਦੇ ਲਈ ਆਧਾਰ ਬਣਾਉਣਾ ਜ਼ਰੂਰੀ ਸੀ ਦੇਸ਼ ਦੇ ਵੰਡ ਦੇ ਹਾਲਾਤ ਤੇ ਤਾਂ ਸਭ ਕੁਝ ਹਿਲਾ ਕੇ ਰੱਖ ਜ਼ਿੰਦਗੀ ਦੀਆਂ ਜੜ੍ਹਾਂ ਉਖੜ ਗਈਆਂ ਸਨ ਲੋਕੀ ਆਪਣੇ ਘਰਾਂ ਤੋਂ ਉੱਜੜ ਗਏ ਸਨ ਥਾਂ ਥਾਂ ਤੇ ਕੈਂਪ ਲੱਗੇ ਸਨ
ਉਜੜਿਆਂ ਨੂੰ ਮੁੜ ਵਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਇਹਨਾਂ ਵਿੱਚ ਇੱਕ ਟੈਂਟ ਮੈਂ ਲਾ ਦਿੱਤਾ। ਰੋਜ਼ ਸ਼ਾਹ ਕੋਟਲਾ ਦੇ ਮੈਦਾਨ ਵਿੱਚ ਉੱਜੜ ਕੇ ਆਏ ਕਲਾਕਾਰਾਂ ਵਾਸਤੇ, ਲਾਹੌਰ ਤੋਂ ਪੁੱਟੇ ਗਏ ਰੰਗਮੰਚ ਵਾਸਤੇ, ਉੱਜੜੇ ਹੋਏ ਲੋਕੀ ਮਕਾਨ ਲੱਭ ਰਹੇ ਸਨ ਤੇ ਮੈਂ ਥੀਏਟਰ ਲਈ ਥਾਂ ਲੱਭ ਰਹੀ ਸਾਂ। ਇੰਡੀਅਨ ਪੀਪਲ ਥੀਏਟਰ ਦੇ ਸਾਰੇ ਕਲਾਕਾਰ ਇਕੱਠੇ ਹੋ ਕੇ ਆਏ ਤੇ ਕਹਿਣ ਲੱਗੇ, ਅਸੀਂ ਨਾਟਕ ਰਾਹੀਂ ਸਮਾਜੀ ਸੁਨੇਹਾ ਦੇਵਾਂਗੇ, ਇੱਕ ਪੈਗਾਮ ਲੈ ਕੇ, ਇੱਕ ਵਿਦੇਸ਼ ਲੈ ਕੇ, ਤਾਂ ਕਿ ਇਹ ਹਾਲਾਤ ਬਦਲ ਸਕਣ। ਮੈਂ ਉਹਨਾਂ ਨੂੰ ਆਖਿਆ, ਤੁਸੀਂ ਲੋਕਾਂ ਨੂੰ ਕੀ ਪੈਗਾਮ ਦਿਓ ਜਦੋਂ ਤੁਹਾਡੇ ਕੋਲ ਥੀਏਟਰ ਹੀ ਹਨ? ਮੈਂ ਤੁਹਾਡੀ ਨਾਨੀ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਸਾਰੇ ਨਾਟ ਮੰਦਰ ਦੀਆਂ ਘੰਟੀਆਂ ਵਜਾ ਵਜਾ ਕੇ ਜੱਟ ਲੋਕਾਂ ਨੂੰ ਇਕੱਠੇ ਕਰ ਲੈਂਦੇ ਹੋ ਤੇ ਕੋਈ ਸਿਆਸੀ ਪੈਗਾਮ ਸੁਣਾ ਦਿੰਦੇ ਹੋ। ਤੁਹਾਨੂੰ ਇਸ ਮੰਦਰ ਦਾ ਕੋਈ ਆਦਰ ਨਹੀਂ, ਤੁਹਾਨੂੰ ਥੀਏਟਰ ਨਾਲ ਕੋਈ ਪਿਆਰ ਨਹੀਂ। ਮੈਂ ਜਿਸਨੇ 40 ਸਾਲ ਇਸ ਮੁਲਕ ਨੂੰ ਪਿਆਰ ਕੀਤਾ, ਮੈਂ ਦੇਖਿਆ ਕਿ ਤੁਸੀਂ ਸਾਨੂੰ ਜੱਟ ਕੋਈ ਸਿਆਸੀ ਆਗੂ ਤੇ ਧਾਰਮਿਕ ਠੱਗ ਡਬਰੂ ਵਜਾ ਕੇ ਪੈਸੇ ਉਗਰਾ ਲੈਂਦਾ, ਲੋਕੀ ਇਕੱਠੇ ਕਰ ਲੈਂਦਾ, ਪਰ ਥੀਏਟਰ ਦੀ ਭਾਰਤੀ ਪਰੰਪਰਾ ਜਿਸ ਨੂੰ ਵਿਦੇਸ਼ੀ ਹਕੂਮਤ ਨੇ ਤਬਾਹ ਕਰ ਦਿੱਤਾ, ਉਹਨੂੰ ਮੁੜ ਸੁਰਜੀਤ ਕਰਨ ਲਈ ਤੁਹਾਡੇ ਕੋਲ ਕੁਝ ਨਹੀਂ। ਉਸਨੂੰ ਦੁਬਾਰਾ ਜ਼ਿੰਦਾ ਰੱਖਣ ਲਈ ਬਹੁਤ ਸਮਾਂ ਲੱਗਿਆ, ਪਰ ਮੇਰੇ ਕੋਲ ਇੰਨਾ ਸਮਾਂ ਨਹੀਂ। ਮੈਂ ਬਹੁਤ ਕਰੀ, ਮੈਂ ਸ਼ਾਇਦ ਆਪਣੇ ਵਕਤ ਤੋਂ ਬਹੁਤ ਪਹਿਲਾਂ ਆ ਗਈ ਹਾਂ, ਪਰ ਹੋਰ ਨਹੀਂ ਉੱਠ ਸਕਦੀ। ਮੈਨੂੰ ਤੁਰੰਤ ਕੁਝ ਕਰਨਾ ਪਏਗਾ, ਤੁਰੰਤ ਕੁਝ ਕਰਨਾ ਪਏਗਾ। ਤੱਕ ਮੈਂ ਹਾਰ ਨਹੀਂ ਮੰਨੀ, ਜੰਮੂ ਕਸ਼ਮੀਰ ਸ਼੍ਰੀਨਗਰ ਤੱਕ ਜਾਂਦੀ ਰਹੀ, ਭਾਸ਼ਣ ਦੇਣ, ਚਰਚਾ ਕਰਨ, ਕੈਂਪ ਲਾਉਣ। ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ।
रंगमंच दीनो इन्हें मारता नू टिकट नहीं देना। मैं अगले हफ्ते दिल्ली जाऊंगी हैं गुरचरण सिंह नू मनाऊं क्यों इत्थे आवे अपनी पाटरी दी वर्कशॉप इत्थे लावे इत्थे रवे तू इस तरह का पृथ्वी राज कपूर नू चिट्ठी वो तेरा विद्यार्थी रहा ना तेनू मना नहीं करेगा उन्हों आ इत्थे आवे इत्थे रवे इत्थे थिएटर करे अपना ड्रामा पठान इत्थे कह दे उर्दू विच मैं ट्रांसलेट करा। हाँ हाँ मैं कह देंगा वो मन जाएगा पृथ्वी राज कपूर जरूर आएगा सब आएंगे गुरचरण सिंह भी आ जाएगा पाटरी दी वर्कशॉप भी लगेगी नोरा जी सब आएंगे मैं इंतजाम करूंगा सब आएंगे नोरा जी सब आएंगे। अभी तनवीर भी आएगा डॉक्टर उपाध्याय भी आ गए तो बेदी नाल भी मेरी गल हुई वो भी आ गई कलात्मक सभ्यता दिया कांगड़ावादी दिया इन्हां सारिया कलावां नूं वारस मिलेगा इस जगह नूं वारस मिल जाएगा सही समाज सही समाज कलात्मक सभ्यता दिया सुचियां बर्फां नाल लदियां इन्हां पहाड़ियां दा एह द्रिश पूरे हिंदुस्तान दे विच किते नहीं। गुड इवनिंग नोरा ਸੀ ਕਿ ਤੂੰ ਕਿੱਥੇ ਰਹੇਗਾ ਪੰਜਾਬ ਚ ਕਿ ਹਿਮਾਚਲ ਚ ਪੰਜਾਬ ਚ ਰਹੇਗਾ ਨਹੀਂ ਉਹ ਇੱਥੇ ਹੀ ਰਹੇਗਾ ਨੋਰਾ ਨੇ ਹਿਮਾਚਲ ਸਰਕਾਰ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਉਹ ਚਾਹੁੰਦੀ ਸੀ ਇਸ ਆਸ਼ਰਮ ਦੀ ਵਸੀਅਤ ਹਿਮਾਚਲ ਸਰਕਾਰ ਦੇ ਨਾਂ ਕਰ ਦੇਵੇ ਤੇ ਸਰਕਾਰ ਇਸ ਨੂੰ ਸੰਭਾਲ ਲਵੇ ਪਰ ਹਿਮਾਚਲ ਸਰਕਾਰ ਨੇ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਨੋਰਾ ਨੂੰ ਇਸ ਗੱਲ ਦਾ ਬਹੁਤ ਦੁੱਖ ਸਰੀਰਕ ਤੌਰ ਤੇ ਵੀ ਕਮਜ਼ੋਰ ਰਹਿਣ ਪਰ ਸਾਲ ਵਿੱਚ 3 ਫੰਕਸ਼ਨ ਕਰਵਾਉਣੋਂ ਉਹ ਟਲਦੀ ਨਹੀਂ ਸੀ ਆਪਣੇ ਜਨਮ ਦਿਨ ਤੇ ਬਸੰਤ ਰੁੱਤ ਤੇ ਤੇ ਕ੍ਰਿਸਮਸ ਦੇ ਮੌਕੇ ਤੇ ਨੋਰਾ ਉਦਾਸ ਰਹਿਣ ਲੱਗ ਪਈ
उदासी दे ऐसे आलम दे विच नूरा ने कविता भी ते वो कविता नूरा ने एक फंक्शन दे दौरान गुनगुनाई बसंत रुत हर सवेर सजरी रुत जदों मैं अपनी बारी खोल दिया तेरे उपकरण ते विच सड़न वाच दिया सुखियां टाणियां ते खुटदियां करूणियां ते पहला फुल खिड़न तो लैके दूजा तीजा चौथा फुल ते फिर अगला फुल खिड़न ते तेरी इस फुला दी बहार नू वेख दिया इना विचो एक निका जा फुल तरेर ते हंजुआ विच पिछिया रोंदा है चाचांदा है खिलो खिलो सब तू लेंगे लोग की कर ले नहीं जानते कि तेरे नाल रह के इस मात दे जड़े पल इस फूल में जीवे ने वो देखो लोग की भी खेलेंगे वाह वाह आज ते उम्मीद दिया तंदा आज टूटिया नहीं सन मैं महेंद्र सिंह रंधावा अक्सर नूरा दे कोल आउंदा रहिंदा मैं जदों भी अंदर इत्थे जांदा तां सोभा सिंह सालेवाल साहब नाल मिल के कोई ना कोई नवीं स्कीम कोई ना कोई नवां प्रोजेक्ट जरूर लेकर जांदा मैं नूरा दे लेखां दी किताब संपादित कर रहा सी कंट्री नाल मैं जदों भी नूरा दे कोल जांदा वो मैं कोई ना कोई नवां लेख दे दिंदी ते मैं लेख पढ़ा के नूरा मैनू कहिंदी तू मेरा बहुत बड़ा काम कर रहा है महेंद्र सिंह रंधावा एक किताब जो छप जाएगी सारे पिंडा ते स्कूला दे कालजा तक पहुंचेगी ते साड़ी गल जरूर अगे पहुंची कंट्री लाइफ इज द बेसिस ऑफ लाइफ इटसेल्फ तेरी सरकारी पोजीशन करके ज्यादा तो ज्यादा लोगों तक पहुंचेगी मैं पूरा यकीन जरूर तो फिर सन 1968 दे विच नूरा दी आखरी जिंदगी दा पहला वड्डा झटका जयदयाल अचानक तुर गया नूरा दी सब तो वड्डी उम्मीद नूरा दा सब तो नेड़ला साथी अचानक चला ਨੌਕਰਾਂ ਨੇ ਆਪਣੇ ਘਰ ਇਸੇ ਜ਼ਮੀਨ ਉੱਤੇ ਬਣਾਏ ਹੋਏ ਸਨ ਤੇ ਫਿਰ 1970 ਦੀਆਂ ਸਰਦੀਆਂ ਦੇ ਦੌਰਾਨ ਨੂਰਾ ਲਈ ਦੂਜਾ ਬੰਬ ਫਟਿਆ ਉਸ ਦੇ ਨੌਕਰਾਂ ਨੇ ਨੂਰਾ ਨੂੰ ਲਿਖਤੀ ਨੋਟਿਸ ਦਿੱਤਾ मैडम जी आप हमें इतने सालों से बेवकूफ बना रहे हो इतनी कम तनख्वाह देती हो गुजारे जितनी जमीन भी नहीं दी है अब हम आपके पास नहीं रहेंगे आप अपने खाने का और बाकी काम का प्रबंध कर ले अब हम आपका काम नहीं करेंगे हम जा रहे हैं
ओ नोरा रिचर्ड्स, ओ नोरा रिचर्ड्स जो टालस्टॉय दे नियमों तो प्रभावित होके सारी जिंदगी पिंड दे लोकां लई पिंड दे लोकां दी बेहतरी वास्ते सिरड़ियां ते सनकियां वांग लगी रही, उस उत्ते ए इल्जाम कि उन्हें नौकरां दा शोषण कीता। नवीं सभ्यता दी हुण ताईआं शायद पिंडां वल भी आ रही सन, इस गल वल संकेत सी। उस बाद दे विच सोभा सिंह दे मित्रा मंगत राम ते पंडित बेणी प्रसाद ने उन्हां नौकरां नूं समझा दित्ता सी ते लिखती नोटिस पढ़वा दित्ता सी, पर नूरा दा दुख घटिया नहीं सी। नौकरां दी गल ते उस नूं डूंघा सदमा पहुंचिया सी ते नूरा बीमार रहण लग पई। सोभा सिंह, सानियाल साहब ते मैं नूरा कोल जांदे, उस दीआं मिन्नतां करदे, नूरा जी हस्पताल चलिए, दवाई लैके आइए। नूरा जी लाहौर उसके पति की कबर के उसनू दफन कर दिया जाए, पर वो जानती सी राजनीतिक हालात इसकी इजाजत नहीं देंगे। नूरा और उदास हो गई। 13 साल एक खास पब्लीकेशन सामने आई, कंट्री लाइफ। एक किताब सिर्फ किताब नहीं सी बल्कि नूरा दी जीवी हुई जिंदगी दा निचोड़ सी, आने वाली पीढ़ी के नाम नूरा का भरमा सुनेहा। अपनी धरती दे अपनी जमीन दे कोल जाओ, इस दे नेड़े रहो, साडी धरती साडी मां, साडी धरती साडी मां है, ते सानू हमेशा ही अपने कोल बुलांदी है, ते हमेशा ही सानू अपने कोल बुलांदी है, पर असी इस दी गल नहीं सुनदे, पर असी इस दी गल नहीं सुनदे। इस दी झोली विच नियामता ने, इस दी झोली विच नियामता ने, अपनी जिंदगी दी आखरी घड़िया गिण रही सी ਤਾਂ ਅਚਾਨਕ ਇੱਕ ਦਿਨ ਫੁੱਲਾਂ ਨਾਲ ਸਜਿਆ ਹੋਇਆ ਉਹਦਾ ਬਾਹਰਲਾ ਬਗੀਚਾ ਕਨਵੋਕੇਸ਼ਨ ਹਾਲ ਦਾ ਰੂਪ ਧਾਰਿਆ। 29 ਅਕਤੂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਾਹਿਬ ਕਿਰਪਾਲ ਸਿੰਘ ਨਾਰੰਗ ਉਚੇਚੇ ਤੌਰ ਤੇ ਅੰਦਰ ਇੱਟਾ ਪਹੁੰਚੇ। ਸਾਰੀ ਜ਼ਮੀਨ ਤੁਹਾਡੀ ਯੂਨੀਵਰਸਿਟੀ ਨੂੰ ਪੇਂਟ ਕਰਨਾ ਚਾਹੁੰਦੇ ਹਾਂ।
लेकिन मैं आराम करूंगी इससे आश्रम में बाहर मेरी कब्र थी एस्टीरिया देखो एस्ट तेरी हाँ